ਪਿੱਛੇ ਵੇਖ ਜਿਉਂਦਾ ਭੱਜਿਆ ਆਉਂਦਾ ਵੀ ਨਾਲ ਆ ਮਾਈ ਮਈ ਬੱਲੇ ਬੱਲੇ ਬਈ ਨਹੀਂ ਰੀਸਾਂ ਤੇਰੀਆਂ ਬਈ ਭਾਈ ਆ ਤਾਂ ਮੋਟੀਆਂ ਲੱਚੀਆਂ ਵਾਲੀ ਚਾਹ ਬਈ ਵਾਕਈ ਤਿਆਰ ਕਰਤੀ ਅੱਜ ਤੂੰ ਉਹ ਬੱਲੇ ਬਈ ਬੱਲੇ 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 ਉਹ ਵੇਖ ਤੁਰੇ ਆਉਂਦਾ ਨੇਰੀ ਬਣਿਆ ਉਹ ਵੀ ਉਹ ਤੇਰੀ ਮੋਰਨੀ ਦੀ ਚਾਲ ਕਿੱਧਰ ਗਈ ਭਾਈ ਓਏ ਹੋਏ ਉਹ ਵੱਸਦਾ ਰਾ ਸਿੰਘਾ ਤੈਨੂੰ ਕਹਿੰਦਾ ਇੱਕ ਕੱਪ ਚਾਹ ਦਾ ਹੋਰ ਪਿਆਉਂਦੇ ਆ ਓਏ ਹੋਏ ਉਹ ਵੀ ਮੋਟੀਆਂ ਲੱਚੀਆਂ ਵਾਲਾ ਓਏ ਹੋਏ ਨੰਬਰ ਤਾਂ ਨਾ ਪੁੜੀ ਜੀ ਇੱਕ ਘੱਟ ਪਾਈ ਸੀ ਇਹਦੇ ਵਾਰੀ ਇੱਕ ਵਾਰੀ ਪੁੜੀ ਹੋਰ ਪਾ ਦੇ ਇਹਦੇ ਵਾਲੀ ਓਏ ਹੋਏ ਉਹ ਤਾੜੀਆਂ ਨਾ ਹੌਸਲਾ ਬਚਾਈ ਕਰੋ ਬਹੁਤ ਵਧੀਆ ਜੀ ਜ਼ੋਰਦਾਰ ਤਾੜੀਆਂ ਬੱਲੇ ਬੱਲੇ ਬਈ ਬੱਲੇ ਬੱਲੇ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਹੌਸਲਾ ਕੀਤਾ ਭੱਜਣਾ ਨਹੀਂ ਵਾਕ ਕਰਨੀ ਜਿਹੜੀ ਆ ਵਗਣਾ ਹੈ ਤੁਸੀਂ ਭੱਜਣਾ ਨਹੀਂ ਵਗਣਾ ਹੈ ਆ ਜੀ ਤਾਂ ਜੀ ਅੱਗੇ ਕਿਹੜਾ ਪੂਰੇ ਆਉਂਦਾ ਤਾੜੀਆਂ ਨਾ ਹੌਸਲਾ ਬਚਾਈ ਭਾਈ ਹਾਂਜੀ ਤਾੜੀਆਂ ਪਲੀਜ਼ ਜਿਹੜੇ ਹਿੱਸਾ ਨਹੀਂ ਲੈ ਰਹੇ ਹੋ ਤਾੜੀਆਂ ਖੁੱਲ੍ਹ ਕੇ ਮਾਰ ਦਿਆ ਕਰੋ ਥੈਂਕ ਯੂ ਹਾਂਜੀ ਭੱਜਣਾ ਨਹੀਂ ਗਾ ਭੱਜਣਾ ਉਹਨਾਂ ਦਾ ਤਰਨਜੀਤ ਸਿੰਘ ਔਲਖ ਐਕਸ ਚੇਅਰਮੈਨ ਚੰਡੀਗੜ੍ਹ ਤੋਂ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਬਹੁਤ ਧੰਨਵਾਦ ਜੀ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਸਾਰੇ ਆਇਆ ਹੋਇਆਂ ਦਾ ਜਿਹੜੇ ਇਸ ਛੁੱਟੀ ਨੂੰ ਇੱਥੇ ਮਨਾਉਣ ਆਏ ਨੇ ਐਤਵਾਰ ਦੇ ਦਿਨ ਨੂੰ ਤੇ ਸ਼ਾਬਾ ਭਾਈ ਮੋਰੇ ਭੱਜਣਾ ਨਹੀਂ ਗਾ ਤੁਸੀਂ ਭੱਜਦੇ ਆ ਤੁਹਾਨੂੰ ਕੈਂਸਲ ਕੀਤਾ ਜਾਊਗਾ ਬਾਅਦ ਚ ਭੱਜਣਾ ਨਹੀਂ ਭਾਈ ਭੱਜਣਾ ਬਿਲਕੁਲ ਨਹੀਂ ਕੋਈ ਨੀ ਥੋੜੀ ਵਾੜੀ ਰਹਿ ਗਈ ਬਸ ਹੁਣ ਭੱਜਣਾ ਨਹੀਂ ਗਾ ਬਿਲਕੁਲ ਪੈਰ ਖਿੱਚੀ ਤੁਰਿਆ ਉਹ ਜੋਸ਼ ਆ ਜਾਂਦਾ ਨਾ ਅੰਦਰ ਫਿਰ ਜਦੋਂ ਬੰਦਾ ਵਗਦਾ ਉਹਦਾ ਭੱਜਣ ਨੂੰ ਵੀ ਜੀ ਕਰਦਾ ਹਾਂਜੀ ਇਹ ਤਾਂ ਜੀ ਤਾਂ ਮੇਰਾ ਵੀ ਕਰਦਾ ਪਰ ਮੈਂ ਆ ਜਾਓ ਫਿਰ ਤੁਸੀਂ ਵੀ ਆ ਜਾਓ ਉਂਗਲ ਦੋਦੀ ਉਂਗਲ ਦੋਦੀ ਮੈਂ ਵੱਡਾ ਨਾ ਆਊਂਗਾ ਥੋੜ੍ਹਾ ਜਿਹਾ ਟੋਪੀ ਵਾਲੇ ਸ਼ੀਰੋ ਸਿੰਘ ਜੀ ਆ ਥੋੜਾ ਜਿਹਾ ਫੁਰਤੀ ਕਰੋ ਬਸ ਹੁਣ ਥੋੜੀ ਵਾਰ ਰਹਿ ਗਈ ਸ਼ਾਬਾਸ਼ 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 ਲੈ ਗਏ ਅੰਕਲ ਜੀ ਜ਼ੋਰਦਾਰ ਤਾੜੀਆਂ ਸ਼ਾਬਾਸ਼ ਵੀ ਤਾੜੀ ਲਾਓ ਥੈਂਕ ਯੂ ਇੱਥੇ ਪਿਛਲੇ ਯੋਧੇ ਵੀ ਵਗੇ ਤੁਰੇ ਆਉਂਦੇ ਥੋੜੀ ਫੁਰਤੀ ਕਰਕੇ ਖਿੱਚ ਕੇ ਕੰਮ ਨੂੰ ਇੱਥੇ ਕੌਣ ਆ ਜਿਹੜਾ ਹੁਣ ਮਾੜਾ ਖਿੱਚੂ ਕੰਮ ਉਹ ਹੀ ਜਾਓ ਮੂਰੇ ਲੈ ਚੱਲੇ ਲੈ ਚੱਲੇ ਲੈ ਚੱਲੇ ਲੈ ਚੱਲੇ ਦੇਖੋ ਬਈ ਤੁਹਾਡੀਆਂ ਤਾੜੀਆਂ ਦੇ ਵਿੱਚ ਦੇਖੋ ਕੌਣ ਕਿਹੜੇ ਅੰਕਲ ਅੱਗੇ ਜਾਂਦੇ ਆ ਆ ਗਏ ਦੋ ਹੀ ਉਹਦੇ ਬਰਾਬਰ ਤੇ ਬਰਾਬਰ ਨਹੀਂ ਹੋਣਾ ਖਿੱਚੋ ਸੀਤਾ ਜੀ ਵੀ ਪੂਰੀ ਕੋਸ਼ਿਸ਼ ਕਰ ਰਹੇ ਨਾਲ ਪਹੁੰਚਦੇ ਦੇਖੋ ਦੇਖੋ ਜੀ ਇਹ ਲੈ ਗਏ ਜੀ ਲੈ ਗਏ ਲੈ ਗਏ ਲੈ ਗਏ ਆਈ ਫਾਟ ਅਗਰ ਲਾਈਨ ਅਪ ਹੋ ਗਏ ਤਾੜੀਆਂ ਤਾਂ ਮਾਰ ਦੋ ਜੇ ਭੱਜ ਨਹੀਂ ਸਕਦੇ ਪਤਾ ਲੱਗ ਜਾ ਤੁਸੀਂ ਮੇਲੇ ਚ ਆਏ ਹੋਏ ਹੋ ਨਹੀਂ ਤਾਂ ਘਰੇ ਹੀ ਬੈਠੇ ਹੋ ਸੋਫਿਆਂ ਤੇ ਹੀ ਆ ਦੇਖੋ ਕਿਵੇਂ ਵਾਰਮ ਅਪ ਹੋ ਰਹੇ ਨੇ ਵੇਟ ਕਰ ਲਓ ਵੇਟ ਵੇਟ ਕਰਿਓ ਜੀ ਦੋ ਬੰਦੇ ਹੋਰ ਆ ਰਹੇ ਨੇ ਕਿੱਥੇ ਨੇ ਉਹ ਸ਼ੂ ਚੇਂਜ ਕਰਦੇ ਆ ਦੋ ਦੋ ਮੈਂਬਰ ਹੋਰ ਆ ਰਹੇ ਨੇ ਜੀ ਅਸੀਂ ਲਾਈਨ ਅਪ ਤੇ ਰੈਡੀ ਖੜੇ ਆ ਹੈ ਸੱਜਣ ਵੇਲੇ ਆ ਜਾਓ ਇਹਨਾਂ ਵਿੱਚੋਂ ਤੁਸੀਂ ਭੱਜਣਾ ਨਹੀਂ ਜਿਹੜਾ ਭੱਜਿਆ ਉਹ ਭੱਜੂਗਾ ਉਹਨੂੰ ਫੌਰਨ ਦਿੱਤਾ ਜਾਵੇਗਾ ਇਨਾਮ ਇਨਾਮ ਨਹੀਂ ਦਿੱਤਾ ਜਾਵੇਗਾ ਉਹਨੂੰ ਫੜਿਆ ਜਾਵੇਗਾ ਪਲੀਜ਼ ਭੱਜਣਾ ਨਹੀਂ ਤੁਰਨਾ ਅਸੀਂ 1 2 3 ਕਹਾਂਗੇ ਤੇ ਤੁਸੀਂ ਆਪਣਾ ਲੈਣਾ ਖਰੀਦੇ ਜਾਣਾ ਤੇ ਜਦੋਂ ਵੀ ਇਹ ਜਿੱਥੋਂ ਜਿੱਥੋਂ ਦੇ ਵੀ ਜਾਂਦੇ ਨੇ ਪਲੀਜ਼ ਹੌਸਲਾ ਬਜਾਈ ਜ਼ਰੂਰ ਕਰ ਦਿਓ ਲਓ ਜੀ ਰੈਡੀਓ 1 2 3 ਤਾੜੀਆਂ ਮਾਰ ਦਿਓ ਸੱਜਣੋ ਤਾੜੀਆਂ ਸੱਜੇ ਜਿੰਨੇ ਜਾਣੇ ਖੜੇ ਪਲੀਜ਼ ਜ਼ੋਰਦਾਰ ਤਾੜੀ ਮਾਰੋ ਬਹੁਤ ਧੰਨਵਾਦ ਹਾਂਜੀ ਹਾਂਜੀ ਖਿੱਚ ਕੇ ਰੱਖੋ ਕੰਮ ਹਾਂਜੀ ਭੱਜਣਾ ਨਹੀਂ ਗਾ ਜੀ ਵਾਕੇ ਜਾਣਾ ਹੈ ਵਾਕੇ ਜਾਣਾ ਹੈ ਵਗਣਾ ਹੈ ਜਿੰਨਾ ਤੂੰ ਹੋ ਸਕਦਾ ਤੇਜ਼ ਪਰ ਭੱਜਣਾ ਨਹੀਂ ਗਾ ਲੇਡੀਜ਼ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਆ ਹੁਣ ਫੇਰ ਕਰਦੇ ਹਾਂ 100 ਮੀਟਰ ਦੀ ਦੌੜ ਆ ਜਿਹੜੀ ਇਹਨਾਂ ਲਈ ਵੀ ਉਹ ਪਲੀਜ਼ ਲਾਈਨ ਅਪ ਤੇ ਆ ਜਾਓ ਸੱਠ ਤੋਂ ਉੱਪਰ 100 ਮੀਟਰ ਪੰਜਾਬੀ ਦੇ ਵਿੱਚ 60 ਤੋਂ ਉੱਪਰ ਜਿਹਨਾਂ ਦੀ ਤੀਰਥ ਜੀ ਭੱਜ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਭੱਜਣਾ ਨਹੀਂ ਵਗਣਾ ਹੈ ਹਾਂ ਇੱਧਰ ਨਾਲ ਦੀ ਨਾਲ ਜਿਹੜੇ ਸਾਡੇ ਇਸ਼ਾਰਾ ਕਰ ਰਹੇ ਆ ਹਾਂਜੀ 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 ਇਹ 60 ਐਂਡ ਓਵਰ ਜਿਹੜੀਆਂ ਇਹ ਵੁਮਨ ਦੀ ਰੇਸ ਹੈ 100 ਮੀਟਰ ਦੀ ਤੇ ਇਸ ਵੇਲੇ ਜਦੋਂ ਆ 400 ਮੀਟਰ ਦੀ ਰੇਸ ਜਿਹੜੀ ਆ ਖਤਮ ਹੁੰਦੀ ਆ ਤੇ
ਤੇ ਤੁਸੀਂ ਉਸ ਵੇਲੇ ਜਿਹੜੀ ਉਹ ਤੁਸੀਂ ਆਮ ਬੋਲੀ ਸੁਣਦੇ ਨੇ ਉਹ ਜਿਹੜੇ ਗਿੱਧਾ ਨਹੀਂ ਪਾਊ ਗਿੱਧਾ ਹੀ ਪਾ ਲਓ ਨਾ ਨਹੀਂ ਮੈਂ ਕਹਿਣਾ ਜਿਹੜੇ ਗਿੱਧਾ ਨਹੀਂ ਪਾਊ ਗਿੱਧਾ ਹੀ ਪਾ ਦਿਓ ਸ਼ਾਬਾਸ਼ ਤਾੜੀਆਂ ਨਾਲ ਸਵਾਗਤ ਕਰੋ ਉਮਰ ਦੇ ਜਾਇਦਾਦ ਸਾਹਿਬ ਨਾਲ 1 2 3 ਆ ਜਾਓ ਜੀ ਆ ਜਾਓ ਤੁਸੀਂ ਕਹਿੰਦੇ ਪੰਜਵਾਂ ਸਾਲ ਪਾਸੇ ਹੋ ਜਾਓ ਜੀ ਰੇਸ ਆ ਰਹੀ ਆ ਰੇਸ ਵਧੀਆ ਆ ਰਹੀ ਆ ਮਿੰਟ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਹਾਂਜੀ ਜਿਹੜੀਆਂ ਹੁਣ ਲੇਡੀਜ਼ ਦੀਆਂ 100 ਮੀਟਰ ਵਾਕਸ ਹੋਈਆਂ ਸੀ 55 ਈਅਰ ਪਲੱਸ ਉਹਨਾਂ ਨੇ ਮੈਂ ਫਸਟ ਸੈਂਟੀ ਹਰਜਿੰਦਰ ਕੌਰ ਟੂ ਸੈਕਿੰਡ ਕੁਲਦੀਪ ਕੌਰ ਭੰਡੇ ਥਰਡ ਦਰਸ਼ਨ ਕੌਰ ਕੌਰ ਉਹ ਦੋਨੇ ਥਰਡ ਸੀ ਮਿਊਜ਼ਿਕ ਚੱਲ ਰਿਹਾ ਮਿਊਜ਼ਿਕ ਚੱਲ ਰਿਹਾ ਰੁਕੋ ਕਦੋਂ ਹਾਂਜੀ ਕਰ ਦਿਓ ਸ਼ੁਰੂ ਬਰਾਬਰ ਨਹੀਂ ਤੁਰਨਾ ਬਰਾਬਰ ਨਹੀਂ ਤੁਰਨਾ ਮੈਨੂੰ ਕਿਹਾ ਮਾਈਕ ਇੱਥੇ ਹੋ ਗਈ ਨਾਲ ਹੀ ਦੱਸ ਦਈਏ ਕਿ ਰੱਸਾ ਕਸੀ ਦੀ ਇੱਕ ਹੋਰ ਟੀਮ ਜਿਹੜੀ ਆਪਣਾ ਨਾਮ ਦਰਜ ਕਰਵਾ ਗਈ ਆ ਪੰਜਾਬ ਵਾਰੀਅਰਸ ਜਿੰਨੇ ਵੀ ਆਸ ਪਾਸ ਦੇਖ ਰਹੇ ਨੇ ਬਜ਼ੁਰਗ ਨੇ ਜਵਾਨ ਨੇ
ताड़ियां मार दे करो नाल दी नाल ना हौसला बजाई करे करो जेडे पार्टिसिपेट कर रहे ने हौसला बजाई करो ਇਹ ਤਾਂ ਗੇਮ ਹੈ ਅਟੈਂਸ਼ਨ ਅਟੈਂਸ਼ਨ ਕਰਨੀ ਆ ਟੈਂਸ਼ਨ ਤਾਂ ਰੱਖਣੀ ਨਹੀਂ ਕਰਮ ਸਿੰਘ ਜੀ ਜੰਡਾ ਸਰ ਤਾੜੀਆਂ ਜੀ ਜ਼ੋਰਦਾਰ ਇਹਨਾਂ ਲਈ ਬਹੁਤ ਖੂਬ ਜੀ ਇੱਧਰ ਜਿੰਨੇ ਖੜੇ ਆ ਸਾਰੇ ਤਾੜੀਆਂ ਮਾਰੋ ਜੀ ਪਲੀਜ਼ ਹਾਂ ਜੀ ਬਹੁਤ ਖੂਬ ਵਾਹ ਜੀ ਵਾਹ ਇੱਧਰ ਨੂੰ ਮੂੰਹ ਕਰੋ ਇਹ ਨੇ ਜੀ ਕਰਮ ਸਿੰਘ ਜੀ ਜੰਡਾ ਜਿਹੜੇ ਇਸ ਉਮਰ ਦੇ ਵਿੱਚ ਵੀ ਜਿਹੜਾ ਸਾਨੂੰ ਇਹ ਮੈਸੇਜ ਇਹ ਸੰਦੇਸ਼ ਜਿਹੜਾ ਦੇ ਰਹੇ ਨੇ ਗੱਤਕਾ ਦਾ ਦੇਖੋ ਕਿੰਨੀ ਤੇਜ਼ ਖੇਡ ਰਹੇ ਨੇ ਅਤੇ ਇਹਨਾਂ ਦਾ ਹੌਸਲਾ ਵੀ ਇੱਥੇ ਤਾੜੀਆਂ ਨਾਲ ਕਰੋ ਜ਼ੋਰਦਾਰ ਤਾੜੀਆਂ ਬੜੀ ਮਿਹਰਬਾਨੀ ਆਪ ਜੀ ਤਾੜੀਆਂ ਚੋਈ ਸਾਹਿਬ ਨੇ ਬੜੇ ਸੋਹਣੇ ਸ਼ਬਦਾਂ 'ਚ ਲਿਖਿਆ ਸੀਗਾ ਕਿ ਹੈਰਾਈਆ ਤੇ ਰੁਕਨਾ ਕਿ ਨਿੱਤ ਦੇ ਮੁਸਾਫਰ ਨਿਰਾਸ਼ਾ ਦੇ ਸਰ ਕਸੀ ਦੀਆਂ ਜਿਹੜੀਆਂ ਟੀਮਾਂ ਨੇ ਨਾਮ ਲਿਖਾਏ ਉਹ ਵੀ ਰੈਡੀ ਰਹਿਣ ਸਟੇਟਮੈਂਟ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਜਿਹੜੀ ਆਵਾਜ਼ ਦਿੰਦੇ ਹਾਂ ਅਤੇ ਉਹ ਵੀ ਆਪਣਾ ਜਿਹੜਾ ਜਿਸ ਮੂਹਰੇ ਆ ਜਾਣ ਤਾਂ ਕਿ ਆਪਾਂ ਟਾਈਮ ਨਹੀਂ ਇਸ ਚੀਜ਼ ਨੂੰ ਦੇਣਾ ਉਸ ਤੋਂ ਬਾਅਦ ਕਲਾਕਾਰ ਵੀ ਪਹੁੰਚੇ ਹੋਏ ਆ ਅਤੇ ਫਿਰ ਆਪਾਂ ਉਸ ਪ੍ਰੋਗਰਾਮ ਅੱਗੇ ਤੋਰਾਂਗੇ ਸੋ ਰੱਸਾ ਕਿਸੇ ਜਿੰਨੀਆਂ ਟੀਮਾਂ ਨੇ ਪੰਜਾਬ ਵਾਰੀਅਰਸ ਦਸ਼ਮੇਸ਼ ਕਲੱਬ ਆਨ ਮਨ ਵੀ ਪਾਰਟੀ ਉਹ ਸਾਰੇ ਨੇੜੇ ਰਹਿ
ਕਿ ਚਰਨਜੀਤ ਸਿੰਘ ਦਾਖਾ ਤੇ ਪਤਵੰਤ ਸਿੰਘ ਜੀ ਇਹ ਕਰ ਰਹੇ ਨੇ ਰੱਸੇ ਨੂੰ ਸਿੱਧਾ ਤੇ ਟੀਮਾਂ ਜਿਹੜੀਆਂ ਤਿਆਰ ਰਹਿਣ ਨੇੜੇ ਹੋ ਜਾਣ ਉਹਦਾ ਮੁਕਾਬਲਾ ਜਿਹੜਾ ਹੋਣ ਵਾਲਾ ਹੈ। ਉਹਦੇ ਪਿੱਛੇ ਜਿਹੜਾ ਮਿਊਜ਼ਿਕ ਦਾ ਤੇ ਮੁਕਾਬਲਾ ਜਿਹੜਾ ਹੋ ਰਿਹਾ ਹੈ ਹਾਂਜੀ ਚੱਕ ਸਕਦੇ ਆ ਜੀ ਇਸ ਮੁਕਾਬਲੇ ਵਿੱਚ ਕੌਣ ਫਸਟ ਆਉਂਦਾ ਹੈ। ਏ ਬੀ ਗੈਲ ਟਰੈਕਿੰਗ ਬਹਾਦਰ ਸਿੰਘ ਗਿੱਲ ਦਾ ਬਹੁਤ ਧੰਨਵਾਦ। ਵਾਈਲਡ ਰੋਜ਼ ਬੀਗਲ ਟਰੈਕਿੰਗ ਬਹਾਦਰ ਸਿੰਘ ਗਿੱਲ ਉਹਨਾਂ ਦਾ ਬਹੁਤ ਧੰਨਵਾਦ। ਵਾਈਲਡ ਰੋਜ਼ ਜੋਗਾ ਸਿੰਘ ਉਹਨਾਂ ਦਾ ਬਹੁਤ ਧੰਨਵਾਦ। ਫਸਟ ਇਨ ਬੋਡਲ ਡਿਪੂ ਤੋਂ ਕੈਲੀ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਇੱਥੇ ਪਹੁੰਚੇ ਹੋ। ਹਾਂਜੀ ਇੰਡੀਆ ਗਾਰਡਨ ਰਾਣਾ ਤੰਜੂ ਉਹਨਾਂ ਦਾ ਬਹੁਤ ਧੰਨਵਾਦ। ਵਰਟਿਕ ਸੌਂਗਸ ਗੁਰਮੀਤ ਸੰਧੂ ਹੁਣਾਂ ਦਾ ਰੀਮਿਕਸਿੰਗ ਕੰਮ ਕਰਨ ਦਾ ਧੰਨਵਾਦ। ਰੈਸਟੋਰੈਂਟ ਇਕਬਾਲ ਤੰਜੂ ਦਾ ਬਹੁਤ ਧੰਨਵਾਦ ਸਹਿਯੋਗ ਦੇਣ ਲਈ। ਨਾਲ ਹੀ ਉਹਨਾਂ ਵੱਲੋਂ ਜਿਹੜਾ ਇੱਥੇ ਫਰੀ ਫੂਡ ਜਿਹੜਾ ਉਹ ਕੱਲ੍ਹ ਤੋਂ ਜਿਹੜਾ ਸਰਵ ਕੀਤਾ ਜਾ ਰਿਹਾ ਬੜਾ ਧੰਨਵਾਦ ਹੁੰਦਾ। ਅਸ਼ੋਰ ਫੋਬੀ ਪਿੰਗਤਾਲ ਚਰਨ ਸਿੰਘ ਦਾਖਾ ਦਾ ਧੰਨਵਾਦ। ਐਮ ਐਨ ਪੀ ਟਰੈਕ ਸੇਖੋ ਬ੍ਰਦਰਸ ਦਾ ਧੰਨਵਾਦ। ਵਿਕ ਗਰੇਵਾਲ ਜੀ ਦਾ ਧੰਨਵਾਦ। ਪਰਮਜੀਤ ਐਂਡ ਮੱਘਰ ਉਬੀ ਉਹਨਾਂ ਦਾ ਬਹੁਤ ਧੰਨਵਾਦ। ਮਨਿੰਦਰ ਮਹਿੰਦਰ ਬੰਗਾ ਐਂਡ ਸੌਖਰ ਜਿਹਨਾਂ ਨੇ ਸਮਾਨ ਮੇਹਰ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦ। ਅਜੈ ਤੁਰੋ ਤੁਰੋ ਮਿਊਜ਼ੀਕਲ ਚੇਅਰਸ ਦੀ ਜਿਹੜੀ ਗੇਮ ਹੋ ਰਹੀ ਆ ਉਹ 'ਚ ਦਸ ਤੋਂ
20 साल दियां जिहड़ियां बेटियां गर्ल्स ने वो प्लीज पिछे जिथे चेयर्स रखी हुई हैं उत्थे चले जा उन्होंने जो मुकाबला शुरू होगा 10 तो 20 साल दे जिहड़ियां कुड़ियां ने थैंक यू। हाँ जी नाल ही मैं धन्यवाद कर दिया क्योंकि फिर रणजीत सिंह जी खेरा का जिहड़े इस कम्यूनिटी ईवेंट्स में जरा फ्री कवर करते हैं ये साढ़े सज्जे हाथ खड़े ने अपना टाइम वक्त देंगे ने हरेक ईवेंट के उत्ते फोटोग्राफी वीडियोज़ के लिए बहुत धन्यवाद प्रेजिडेंट एक्स सर्विसमैन जोड़ा एसोसीएशन के जनरल सैकटरी ने सो रणजीत सिंह जी खेरा बहुत धन्यवाद। हाँ जी जड़िया गड्डिया बेनती फिर दोबारा की जाती सिख फैडरेशन ऑफ एडमिंटन वालों के जिन्हों के व्हीकल जोड़े आते पार्क किए हुए प्लीज़ उतों मूव कर लो नहीं तो टिकटा जो प्लीज़ दे रही है इतने पहुंचे हुए भी सो अपन जोड़े व्हीकल जोड़े खड़े आ पार्क किए हुए घा के उपर प्लीज़ उन्होंने मूव कर लो थैंक यू। मोह बंगा जी साढ़े बच्चे पहुँच चुके ने वार्ड 12 के काउंसलर मोह बंगा जी जी आयान उन्होंने साढ़े सारे वालों जी आयान जी प्लीज़ एक बार फिर जी तुम्हें दसया जाता बेनती की जिन्हें गड्डिया घा के उत्ते पार्क ने प्लीज़ अपने अपने गड्डिया मूव कर लो ताकि टिकट तो बच सको सो जिते भी गल सुनते हो अपनी अपनी गड्डिया जो घा तो पास कर लो ताकि नहीं तो टिकट मिल जानी है। बस मुकाबला उधर भी जिहड़ा नेड़े ही है गुड्डियां भज्जियां फिरदियां देखो किहनूं चेयर मिलदी किहनूं नहीं मोह बंगा जी साढ़े इतने बैठे ने बहुत जी धन्यवाद उन्होंने आने वक्त कटने लिए
ਬੱਚਿਆਂ ਨੂੰ ਸੋ ਧੰਨਵਾਦ ਬਲਦੇਵ ਸਿੰਘ ਜੀ ਧਾਲੀਵਾਲ ਪ੍ਰਧਾਨ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਉਹਨਾਂ ਦਾ ਪ੍ਰਿਤਪਾਲ ਸਿੰਘ ਜੀ ਸਿੱਖੋ ਕਰਨੈਲ ਸਿੰਘ ਜੀ ਦਿਓਲਦਾਰ ਰਣਜੀਤ ਸਿੰਘ ਜੀ ਪੁਆਰ ਪ੍ਰਧਾਨ ਸੱਭਿਆਚਾਰ ਮੇਲਾ ਅਤੇ ਟੂਰਨਾਮੈਂਟ ਕਮੇਟੀ ਉਹਨਾਂ ਦਾ ਧੰਨਵਾਦ ਚਰਨਜੀਤ ਸਿੰਘ ਦੇ ਦਾਖਾ ਸ਼ੋਰਫੋ ਵਿਪਿੰਗ ਦਾਇਰਾਂ ਦਾ ਬਹੁਤ ਧੰਨਵਾਦ ਸਾਰੇ ਸੱਜਣਾਂ ਦਾ ਜਿਹੜੇ ਇੱਥੇ ਪਹੁੰਚੇ ਹੋਏ ਆ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਇਹ ਮੇਲਾ ਤੁਹਾਡੇ ਨਾਲ ਹੀ ਸ਼ੋਭਦਾ ਹੈ ਤੁਹਾਡੀ ਸ਼ਿਰਕਤ ਜਿਹੜੀ ਆ ਇਸ ਮੇਲੇ ਨੂੰ ਹੋਰ ਵਧੀਆ ਜਿਹੜੀ ਬਣਾਵੇਗੀ ਰੌਣਕ ਭਰਿਆ ਰੌਚਕ ਭਰਿਆ ਬਣਾਵੇਗੀ ਤੁਹਾਨੂੰ ਜੀ ਆਇਆਂ ਨੂੰ ਥੋੜ੍ਹਾ ਵਕਤ ਹੋਰ ਹੈ 10-15 ਮਿੰਟ ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਕਿ ਗੀਤਾਂ ਦਾ ਜਿਹੜਾ ਦਰਿਆ ਹੈ ਜਿਹੜਾ ਇਸ ਸਟੇਜ ਤੋਂ ਵਗਣਾ ਹੈ ਜਿਹੜਾ ਤੁਹਾਡੇ ਤੱਕ ਤੁਹਾਡੇ ਕੰਨਾਂ ਤੱਕ ਤੁਹਾਡੇ ਹੱਥਾਂ ਦੀ ਤਾਲ ਤੱਕ ਤੁਹਾਡੇ ਪੈਰਾਂ ਦੀ ਤਾਲ ਤੱਕ ਪਹੁੰਚਣਾ ਹੈ ਜੋ ਉਹਨਾਂ ਗੀਤਾਂ ਨੇ ਸੋ ਅਸੀਂ ਸਾਰਿਆਂ ਨੇ ਗੀਤ ਜਿਹੜੇ ਪੰਜਾਬ ਨਾਲ ਜੁੜੇ ਹੋਏ ਨੇ ਸਾਡੀ ਮਿੱਟੀ ਨਾਲ ਜੁੜੇ ਹੋਏ ਨੇ ਸਾਡੀ ਜ਼ਿੰਦਗੀ ਦੀਆਂ ਤਲਕ ਹਕੀਕਤਾਂ ਸਾਡੀ ਮੁਹੱਬਤ ਸਾਡੇ ਸਿਦਕ ਸਾਡੇ ਮਿਲਾਪ ਵਿਛੋੜੇ ਨਾਲ ਜੁੜੇ ਹੋਏ ਨੇ ਸਾਰੇ ਤਰ੍ਹਾਂ ਦੇ ਗੀਤ ਜਿਹੜੇ ਆ ਅੱਜ ਅਸੀਂ ਇਹਨਾਂ ਕਲਾਕਾਰਾਂ ਤੋਂ ਸੁਣਨੇ ਹਾਂ ਸੋ ਬਹੁਤ ਅੱਛੇ ਅੱਛੇ ਕਲਾਕਾਰ ਜਿਹੜੇ ਉਹ ਪਹੁੰਚੇ ਹੋਏ ਨੇ ਸਾਰਿਆਂ ਨੂੰ ਕਲਾਕਾਰਾਂ ਨੂੰ ਜੀ ਆਇਆਂ ਨੂੰ ਥੋੜ੍ਹੇ ਸਮੇਂ ਦੇ ਵਿੱਚ ਸਾਡੇ ਉਹਨਾਂ ਨੇ ਦਰਮਿਆਨ ਜਿਹੜਾ ਪ੍ਰੋਗਰਾਮ ਕਰਨਾ ਹੈ ਹਾਂਜੀ ਮਿਊਜ਼ਿਕ ਜੀ ਉਹ ਉੱਤੋਂ ਦੀ ਉੱਤੋਂ ਦੀ ਉੱਤੋਂ ਦੀ ਉੱਧਰ ਦੀ ਭੱਜਿਆ ਉੱਧਰ ਦੀ ਮੇਲਾ ਜਿੱਦਾਂ ਦਾ ਚਾਹੀਦਾ ਉਦੋਂ ਦਾ ਬਣ ਚੱਲਿਆ ਤੁਹਾਡੀ ਰੌਣਕ ਜਿਹੜੀ ਆ ਸਾਡੇ ਬਜ਼ੁਰਗ ਸਾਹਿਬਾਨ ਮੇਰੀ ਪਤਾ ਸਮਾਨ ਤੁਹਾਡੀ ਪੱਗਾਂ ਦੇ ਵਿੱਚ ਜਿਹੜੇ ਫਬਰੇ ਨੇ ਮਾਤਾਵਾਂ ਫਬਰੀਆਂ ਨੇ ਹੋਰ ਲੇਡੀਜ਼ ਜਿੰਨੀਆਂ ਵੀ ਬੱਚੇ ਜਿੰਨੇ ਆਏ ਨੇ ਖੇਡਦੇ ਮਿਲਦੇ ਇਸ ਪ੍ਰੋਗਰਾਮ ਦਾ ਹਿੱਸਾ ਪਾ ਰਹੇ ਨੇ ਮੈਂ ਬੜਾ ਧੰਨਵਾਦ ਕਰਦਾ ਸਿੱਖ ਫੈਡਰੇਸ਼ਨ ਆਫ ਬੈਡਮਿੰਟਨ ਦਾ ਜਿਹਨਾਂ ਨੇ ਪ੍ਰੋਗਰਾਮ ਆਯੋਜਿਤ ਕੀਤਾ ਹੈ ਹਾਂਜੀ ਹਾਂਜੀ ਮਿਊਜ਼ਿਕ ਸਮਾਂ ਗੇਮਾਂ ਖੇਡਾਂ ਰੱਖ ਕੇ ਇਹਨਾਂ ਨੂੰ ਉਤਸ਼ਾਹਿਤ ਕਰੀਏ ਤਾਂ ਕਿ ਸਾਡੇ ਵਿੱਚ ਬੈਠਣ ਸਾਡੇ ਨਾਲ ਜਿਹੜਾ ਸ਼ਾਮਿਲ ਹੋਵਣ ਸੋ ਇੱਦਾਂ ਦੇ ਮੇਲਿਆਂ ਤੋਂ ਇਹ ਬੋਰੀਅਤ ਨਾ ਮਹਿਸੂਸ ਕਰਨ ਸੋ ਇਹਨਾਂ ਦੀਆਂ ਗੇਮਸ ਜਿਹੜੀਆਂ ਖੇਡਾਂ ਜਿਹੜੀਆਂ ਆਪਾਂ ਹੋਰ ਵੀ ਅੱਗੇ ਤੋਂ ਜਿਹੜੀਆਂ ਸ਼ਾਮਿਲ ਕਰਿਆ ਕਰੀਏ ਬਹੁਤ ਧੰਨਵਾਦ ਸਿੱਖ ਫੈਡਰੇਸ਼ਨ ਆਫ ਬੈਡਮਿੰਟਨ ਦਾ ਬਰਾੜ ਜੀ ਹਰਪ੍ਰੀਤ ਗਿੱਲ ਜੀ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਇਸ ਵਕਤ ਦੇ ਰਹੇ ਨੇ ਇਸ ਮੇਲੇ ਨੂੰ ਹੋਰ ਸੋਹਣਾ ਬਣਾਉਣ ਲਈ ਸਾਰੇ ਵਲੰਟੀਅਰ ਜਿਹੜੇ ਆਪਣੇ ਆਪਣੇ ਕੰਮਾਂ ਕਿੱਤਿਆਂ 'ਤੇ ਲੱਗ ਕੇ ਇਸ ਨੂੰ ਮੁਕੰਮਲ ਵਧੀਆ ਬਣਾਉਣ ਲਈ ਜਿਹੜੇ ਆਪਣੀ ਸੇਵਾ ਪਾ ਰਹੇ ਨੇ ਥੈਂਕ ਯੂ ਜੀ ਹਾਂਜੀ ਗੇਮ ਖੇਡਦੇ ਆ ਜੀ ਇੱਧਰ ਆ ਜਾਓ ਹੋਰ ਗੇਮ ਪਿੱਛੋਂ ਲੱਗਣੀ ਹੋਗੀ ਫਿਰ ਤੁਹਾਡੇ ਕੋਲ ਅਸੀਂ ਲਾਉਣਗੇ ਚੱਲੋ 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 ਇੱਥੋਂ ਚੱਲ ਜਾਓ ਆ ਕੁਰਸੀ ਪਈ ਆ ਇੱਥੇ ਬਹਿਣਾ ਨਹੀਂ ਇੱਥੇ ਬਹਿਣਾ ਨਹੀਂ ਇੱਥੋਂ ਨਹੀਂ ਜਾ ਸਕਦੇ ਹੋ
ਕਹਿਣਾ ਨਹੀਂ ਮਿਊਜ਼ਿਕ ਚੱਲ ਰਿਹਾ चलो भाई ਪੰਜਾਬ ਵਾਰੀਅਰਸ ਦਸ਼ਮੇਸ਼ ਕਲੱਬ ਅਤੇ ਆਮ ਆਦਮੀ ਪਾਰਟੀ ਜਿਹੜੀਆਂ ਤਿੰਨੇ ਟੀਮਾਂ ਰੱਸਾ ਕਸੀ ਦੀਆਂ ਉਹ ਇੱਥੇ ਨੇੜੇ ਰਹਿਣ ਉਸ ਉਹਨਾਂ ਦਾ ਇਸ ਤੋਂ ਬਾਅਦ ਮੁਕਾਬਲਾ ਹੋਣਾ ਹੈ ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਸਾਹਿਬ ਬੈਚਰ ਸ਼ੁਰੂ ਹੋਣਾ ਬੰਗਾ ਜੀ ਸਾਡੇ ਕੌਂਸਲਰ ਅਤੇ ਨਾਲ ਹੀ ਸਾਡੇ ਬਲਦੇਵ ਸਿੰਘ ਜੀ ਧਾਲੀਵਾਲ ਕਰਨੈਲ ਸਿੰਘ ਜੀ ਦਿਓਲ ਰਣਜੀਤ ਸਿੰਘ ਜੀ ਪੁਆਰ ਚਰਨਜੀਤ ਸਿੰਘ ਜੀ ਦਾਖਾ ਅਜਮੇਰ ਸਿੰਘ ਜੀ ਮੱਲੀ ਤੀਰਥ ਬਰਾੜ ਜੀ ਪ੍ਰਦੀਪ ਕੁਮਾਰ ਜੀ ਬੜੇ ਜਿਹੜਾ ਹਰੇਕ ਤਕਰੀਬਨ ਜਿੱਥੇ ਵੀ ਇਵੈਂਟ ਹੁੰਦਾ ਇਹ ਚਾਹ ਦੀ ਸੇਵਾ ਕਰ ਰਹੇ ਹੁੰਦੇ ਆ ਤੁਹਾਨੂੰ ਹਾਕਾਂ ਮਾਰ ਮਾਰ ਜਿਹੜਾ ਚਾਹ ਪਿਆ ਰਹੇ ਹੁੰਦੇ ਆ ਸੋ ਜ਼ੋਰਦਾਰ ਤਾੜੀਆਂ ਸਾਡੇ ਸ਼ਖਸ ਲਈ ਬਹੁਤ ਧੰਨਵਾਦ ਇਹਨਾਂ ਨੂੰ ਸਨਮਾਨ ਕਰ ਦੇ ਰਹੇ ਨੇ ਅੱਜ ਹਮੇਸ਼ਾ ਲਈ ਆਉਣ ਵਾਲੇ ਸਮੇਂ ਦੇ ਮੈਂ ਬੰਦਾ ਹਾਜ਼ਰ ਆ ਜੀ ਅੱਜ ਦਾ ਬਹੁਤ ਧੰਨਵਾਦ ਕਰਦਾ ਜੀ ਜੇ ਹਮੇਸ਼ਾ ਲਈ ਚਾਹ ਦੀ ਸੇਵਾ ਜ਼ਰੂਰ ਮੈਂ ਕਰੂੰਗਾ ਜੀ ਇਹ ਮੋਟੀਆਂ ਲਾਚੀਆਂ ਲਈ ਚਾਹ ਜ਼ਰੂਰ ਮੈਂ ਪਿਆਉਂਦਾ ਰਹੂੰਗਾ ਇਹ ਤੁਹਾਡੇ ਲਈ ਮੇਰਾ ਵਾਅਦਾ ਰਿਹਾ ਜੀ ਆਉਣ ਵਾਲੇ 25 ਸਾਲ ਹੋ ਗਏ ਆ ਮੈਂ ਤੁਹਾਡੀ ਸੇਵਾ ਦੇ ਲਈ ਬੰਦਾ ਹਾਜ਼ਰ ਆ ਜੀ ਅਤੇ ਧੰਨਵਾਦ ਆ ਜੀ ਮਨਦੀਪ ਕੌਰ ਪੂਰ ਜੇ ਸਾਡੀ ਆਵਾਜ਼ ਸੁਣਦੇ ਹੋ ਤੇ ਪਹੁੰਚ ਜਾਓ ਤੇ ਹੁਣ ਇਸ ਤੋਂ ਬਾਅਦ ਹਰਜਿੰਦਰ ਕੌਰ ਪੂਰ ਬਲਵੀਰ ਕੌਰ ਮਾਨ ਸੁਰਿੰਦਰ ਕੌਰ ਖੇਰਾ ਹਰਜਿੰਦਰ ਕੌਰ ਪੂਰ ਫਸਟ ਬਲਵੀਰ ਕੌਰ ਮਾਨ ਸੈਕੰਡ ਸੁਰਿੰਦਰ ਕੌਰ ਖੇਰਾ ਥਰਡ ਹਰਜਿੰਦਰ ਕੌਰ ਪੂਰ ਫਸਟ ਹਰਜਿੰਦਰ ਕੌਰ ਤੂਰ ਬਲਵੀਰ ਕੌਰ ਮਾਨ 2 ਨੰਬਰ ਤੇ 3 ਨੰਬਰ ਤੇ ਸੁਰਿੰਦਰ ਕੌਰ ਖਹਿਰਾ ਲੈਸ ਗਿਵ ਦੇ ਮੇ ਬਿਗ ਹੈਂਡ ਤਾੜੀਆਂ ਜੀ ਤਾੜੀਆਂ ਜ਼ਰੂਰ ਹਾਂਜੀ ਇਸ ਤੋਂ ਬਾਅਦ ਜਿਹੜਾ ਛੋਟੇ ਬੱਚੀਆਂ ਨੇ 10 ਤੋਂ 20 ਸਾਲ ਦੇ ਵਿੱਚ ਮਿਊਜ਼ੀਕਲ ਚੇਅਰ ਰੇਸ ਦੇ ਵਿੱਚ ਪਾਰਟ ਲਿਆ ਸੀਗਾ ਪਲੀਜ਼ ਕਮ ਟੂ ਦੀ ਸਟੇਜ ਨਾਓ ਉਹਨਾਂ ਦੇ ਨਾਂ ਹਨ ਜਸਦੀਪ ਕੌਰ ਸਿਵੀਆ ਫਸਟ ਸਿਮਰਤ ਕੌਰ ਸਿਵੀਆ ਸੈਕੰਡ ਗੁਰਲੀਨ ਕਪੂਰ ਥਰਡ ਹਾਂਜੀ ਜਸਦੀਪ ਕੌਰ ਸਿਵੀਆ ਸਿਮਰਤ ਕੌਰ ਸਿਵੀਆ ਗੁਰਲੀਨ ਕੌਰ ਕਪੂਰ So look at Gurleen, she is the youngest one. So let's give her a big hand. ਹਾਂਜੀ ਰੱਸਾ ਕਸੀ ਦੀਆਂ ਜਿਹੜੀਆਂ ਟੀਮਾਂ ਨੇ ਜਿਹਨਾਂ ਦੇ ਵਿੱਚ ਫੈਸਲਾ ਹੋ ਗਿਆ ਮਾੜਾ ਜਿਹਾ ਮੈਨੂੰ ਵੀਰ ਜਗਰੂਪ ਹੋਣੀ ਵੀ ਦਾਖੀ ਹੋਣੀ ਅਪਡੇਟ ਕਰ ਦੇਣ ਤਾਂ ਕਿ ਕਿੰਨਾ ਕਿੰਨਾ ਵਿੱਚ ਮੁਕਾਬਲਾ ਹੋ ਰਿਹਾ ਇਹ 5 ਮਿੰਟ ਦੇ ਵਿੱਚ ਜਿਹੜਾ ਮੁਕਾਬਲਾ ਸ਼ੁਰੂ ਹੋ ਜਾਣਾ ਇਸ ਨਾਮਾਂ ਦੀ ਵੰਡ ਤੋਂ ਬਾਅਦ ਆਪਣੇ
ਕਰਕੇ ਰੱਖ ਲਏ ਨੇ। ਸੋ ਕਿਹਾ ਸੀ ਨਾ ਬੀਬੀਆਂ ਨੂੰ ਕਿ ਇਹ ਐਵੇਂ ਗੱਲ ਨਹੀਂ ਕਿ ਸੱਚੀ ਪੰਜਾਬੀ ਸੂਟ ਲਿਆਉਂਦੇ ਹੋਏ ਆ, ਮਾਤਾ ਇੱਧਰ ਪਏ ਆ ਸਾਈਡ ਤੇ ਸੱਜੇ ਹੱਥ। हाँ जी, एक बार फिर सिख फैडरेशन ऑफ एडमिंटन वालों तुहानू सारियां नू जीयां जिहड़े इस मेले नू होर रौचक होर वधिया बनाउण लई जिहड़े इत्थे पहुंचे रौनकां नू वधाउण लई पहुंचे जीयां नू सारे स्पोंसर दा बहुत धन्नवाद। हाँ जी, हाँ जी, हुण आपां प्राइज देण लगे आ 55 to 60 इयर्स, सो दैट इज 400 मीटर वॉक ते 400 मीटर दी वॉक सी। ਉਹਦੇ ਵਿੱਚੋਂ ਹਰਦੇਵ ਸਿੰਘ ਪੇਂਦੀ ਜਿਹੜੇ ਹੈਗੇ ਉਹ ਫਸਟ ਆਏ ਸੀ ਅਤੇ ਜਸਵਿੰਦਰ ਸਿੰਘ ਲਾਲੀ ਸੈਕਿੰਡ ਅਤੇ ਬਲਜਿੰਦਰ ਸਿੰਘ ਗਿੱਲ ਸੋਰੀ ਦਲਜੀਤ ਸਿੰਘ ਬਠਿੰਡਾ। ਹਾਂਜੀ, ਆਖਰੀ ਹਾਂਜੀ ਹਰਦੇਵ ਸਿੰਘ ਜੀ ਆਓ ਆਪਣਾ ਲਓ ਪ੍ਰਾਈਜ਼। हाँ जी, इस समय रॉड लोला साहब हरदेव सिंह बेदी को प्राइज दे रहे हैं, ते जसविंदर सिंह लाली जो सेकंड सन 400 मीटर वॉक दे विच। हाँ जी, हुण मैं रिक्वेस्ट कर रहा दलजीत सिंह बठिंडा साहब नू, वो भी आ जाओ। हाँ जी, ते हुण आपां जिहड़ी हैगी आ जिहड़ी रेस लवाई सी 70 and over, उहदे विचों साडे अपने वलंटियर ते फैडरेशन दे डायरेक्टर हन तीर सिंह बराड़ जिहड़े पहले नंबर ते आए सी, बहादुर सिंह निजर दूजे नंबर ते, सुखबीर सिंह तीजे नंबर ते। प्लीज कम टू द स्टेज। तीर सिंह बराड़ भाई, तीर सिंह बराड़ अपना प्राइज आप चको जी जिहड़ा तुहाडा हैगा। बहादुर सिंह बाड़ा जी, अगर बहादुर सिंह निजर जी अगर अपना आवाज सुन दे तो आ जाओ। हेलो हेलो, हाँ जी, बेनती है जिन्हें जिन्हें नाम आ स्टेज के कोल जल्दी आ जाए ताकि आप सारे इंतजार चाँ कि स्टेज की जी कारगुजारी है जी शुरू की जाए कि सारे जिन्हें जिन्हें नाम ने छेती आ जाए। थैंक यू जी। कलाकार जरा स्टेज के मगर एक दो मिनट पहुँच चुके हैं, सो उस बाद प्रोग्राम शुरू करना। रस्से वाले जो वीर है
ਉਹ ਰਸੇ ਦੇ ਨੇੜੇ ਹੋਣ ਤਾਂ ਕਿ ਆਪਾਂ ਮੁਕਾਬਲੇ 'ਚ ਦੇਰੀ ਨਾ ਕਰੀਏ, ਜਲਦੀ ਸ਼ੁਰੂ ਕਰ ਲਈਏ। ਥੈਂਕ ਯੂ। हाँ जी, जी अपनी लेडीज की वाक हुई सी उन्होंने सिक्सटी प्लस के नसीब कौर सिद्धू, सुरिंदर कौर खैरा, ज्ञान कौर कुंदर, एक आ जोड़ा है दूजे उन्होंने कट्ठे से बलबीर कौर मान, नसीब कौर सिद्धू इन्होंने नाल ही सन। ओके रेडी। शुरू होने वाला जी, दशमेश क्लब के विच। सो उस तो बाद पांच क मिनट के स्टेज तो जोड़ा है वो कल्चर जोड़ा सभ्याचार प्रोग्राम आ जिदी बहुत अच्छे कलाकार जो पहुंचे हुए हैं उन्होंने साढ़े सामने रखना है। शुक्र ऑफ जोरदार ताड़िया के नाल इन्हों नौजवानों का हौसला बजाई करो जोड़े इस मुल्क जो अपने आप में साढ़े इस टीम के शामिल करके इस होर रौचक जो बना रहे हैं। मैं ताड़िया लिए क्या जोरदार ताड़िया, इधरों बुजुर्गों वालों जमा कोई ताड़ी नहीं आई, जोरदार ताड़िया। इधर जड़े खड़े ने
टेंट वाले पासे उन्होंने सारे वीर वालों कहूँगा कि थोड़ा जहा ध्यान जरूर रखियो इधर मुकाबले वाली। सो अपनी हौसला बजाइए ताड़ियाँ के रूप में देंदे रहो। हाँ जी, तो नाल ही दस देव कि इधर चाह जलेबियाँ बदाना पानी पकौड़े तो कढ़ी चौल भी लगे हुए आ। सो तुम जिन्हों जिन जियो जो जरूरत आकर लै सकते हो। बहुत धन्यवाद जो फूड सर्व कर रहे कल का, उन्होंने का बड़ा धन्यवाद। लो जी मुकाबला इस तो नाल ही बार जो स्टेज तो जो गीतों का दरिया जोड़ा वो शुरू हो जाए जिद जुड़े साढ़िया सासा जज्बिया के गीत जोड़े आने सुन मिलने हैं। हाँ जी पहुंचो जी पहुंचो। दस मिनट के स्टेज थोड़ा प्रोग्राम शुरू कर देना है। सो उन्हें समय के इस जिहड़ा खेड का आनंद माणी है। लो जी मुकाबला शुरू हो जा रहा है। एक दो मिनट के झंडी जी देती जानी है। सो सब दिन नजर जगह हुई हैं हाँ जी लो जी एक पासे दशमेश क्लब दे गभरू ने दूजे पासे आम आदमी पार्टी वाले खटियां टी शर्टों के तैयार ने। सो जो दशमेश क्लब ने नाल खाया सी तां होर भी टीम उस समय नहीं सी पंजाब वॉरियर्स जी आम आदमी पार्टी के जिहड़े वॉलंटियर ने इन्होंने कहा असी जिहड़ा इस मुकाबले रोचक बनाने लई नाल जिहड़ा हिस्सा लैंदे शमूलियत करदे आ। लो जी हाँ जी शुरू करा दे शुरू लो जी लग जू पता देखो जी आ लै गए दशमेश क्लब वाले लै चले जी नप के ताड़िया के नाल ताड़िया के नाल दस्यो दस्यो आम आदमी पार्टी लै गए जी लै गए दशमेश क्लब हाँ जी पालिया रस्सा हाँ जी जो ही मुकाबला शुरू होता ताड़िया ना हौसला बजाई जरूर करया करो प्लीज। रस्ते वाले भीरो ध्यान रखो करो जोर ना ताड़िया ना स्वागत करो इन्हों का जोर ना ताड़िया दशमेश वाले जिहड़ा मुकाबला लै गए ने। ਮੇਰਾ ਵਿਚਾਰਾ ਕਿੱਥੇ ਆ ਉੱਥੇ ਲੈ ਕੇ ਵਿਚਾਰਾ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਐਡਮਿੰਟਨ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਸੋਹਣਾ ਮੇਲਾ ਹੋ ਰਿਹਾ ਜੀ ਆਪਣੇ ਇੱਥੇ ਮੇਲੇ ਇੱਦਾਂ ਦੇ ਸਾਡੇ ਪੰਜਾਬ 'ਚ ਵੀ ਅਸੀਂ ਬਹੁਤ ਕਰਾਉਂਦੇ ਹਾਂ ਬਸ ਫਰਕ ਇੰਨਾ ਕਿ ਇੰਨੇ ਸਾਫ਼ ਗਰਾਊਂਡ ਉੱਥੇ ਨਹੀਂ ਹੈਗੇ ਅਤੇ ਮੈਂ ਰਿਕੁਐਸਟ ਕਰਦਾ ਮਾੜੀ ਜਿਹੀ ਮਾਈਕ ਦੀ ਆਵਾਜ਼ ਅੰਗਰੇਜ਼ੀ ਮਾਈਕ ਦੀ ਆਵਾਜ਼ ਥੋੜ੍ਹੀ ਹੋਰ ਹੈਲੋ ਹੋਰ ਹੈਲੋ ਹਾਂਜੀ ਠੀਕ ਹੈ ਕਿਆ ਬਾਤ ਹੈ ਜੀ ਬਹੁਤ ਵਧੀਆ ਮੁਕਾਬਲਾ ਕੋਈ ਗੱਲ ਨਹੀਂ ਇੱਕ ਵਾਰੀ ਦੇਖ ਲੈਣ ਦੋ ਫਿਰ ਸ਼ੁਰੂ ਕਰਦੇ ਹਾਂ ਆਪਾਂ ਸਾਡੀਆਂ
मकसद सी मैं सी सब कुछ दाते लाया भावे कई अरमान ते सुपने मर के यार ते ला दी डिग्री करके फने अवर के यार ने सारे ना पिट दिखा के जो गए ओ यारिया चौथे सेमेस्टर विच ही यार दानस की डेट हो गए बापू दे रुकी आजाद परंटे हो ताके यारियां ओ यारियां धन्यवाद जी बहुत बहुत लो जी हम अगली गल जड़ी करन लगे हैं इतों की स्टोरी है स्पेशली मेरे वो वीर के ना जे इतने मैरिज बेस से आते हैं ब्याह करा के आते हैं इतने अपने पंजाब तो इतने के माहौल बहुत फर्क है इतने हरेक चीज़ सिस्टम है उत्थे सारा कुछ आउट ऑफ सिस्टम है सो की फर्क लगता है जरा तुम सुन के देखियो तुम्हें पता लगो थैंक यू मेरे वीर जिन्हें जिन्हें ने ताड़ी बजाई उन्होंने बहुत बहुत शुक्रिया जिन्हें ने नहीं बजाई उन्होंने भी शुक्रिया क्या बात है ठीक है जी गल अगली करन लगे हैं क्योंकि माहौल एहोजा बन गया हुण कोलियां गल्लां करनी होनियां सामने रसाकशी का मुकाबला चली जाता सो फिर थोनू फोक रंग सुना रहे हैं मेरा वीर सिद्धू कुंडिया का उन्हें गीत लिख के दिता से मैनू कहिंदे जदों जग्गे का जन्म होया उन्हां दे घरे एक पंडित ने उन्हां नूं कहा सी कि इहदा नौं जज्जे तो नहीं रखना जे जज्जे तो रखता इहदा कतल होजू उन्हां दा लाणा बड़ा कब्बा सी जट बुद्धी सी ओह कहिंदा जे हुण रखना जज्जे तो ही रखना देखी जाऊ किहड़ा कतल करदा सो उत्थों चक्की है जी लाइन जग्गा जम्मिया ओ रण सिंह पिंड सी हो जज्जे उत्ते ना रखता हो जट दा तसीला विच पावे परथू ना पिछे हटदा ना पिछे हटदा ना पिछे हटदा हो जग्गा जम्मिया ओ रण सिंह पिंड सी जग्गा जम्मिया इस वेले दे विच चल के आ सारा दा एक एक कदम सिर मथे प्रवान तुहानू सारे नू जी आया हाँ थोड़ी जी होर ओके ओके थोड़ी जी इको भी घट कर दिओ जी क्योंकि तुहाडा भी टाइम जां शनिवार हुंदा ते जां ऐतवार हुंदा जी इस करके तुसीं एडमिंटन वासी जी जिहड़ा सानू प्यार दित्ता है 24 तरीक नू ओह प्यार फिर दोबारा तुहाडे तों लैण आए आ आस करदे आ ਤੁਸੀਂ ਸਾਰੇ ਜਾਣੇ ਇਸ ਪ੍ਰੋਗਰਾਮ ਨੂੰ ਇੰਜੋਏ ਕਰੋਗੇ ਪੂਰਨ ਤੋਂ ਪਰ
ਭੀਖ ਮੰਗਾ ਦੇ ਰਾਜਿਆਂ ਤੇ ਤਖਤ ਬਹਾ ਦੇ ਤੇਰੇ ਕੋਲੇ ਮੀਰੀ ਤੇ ਗਰੀਬੀ ਦਾ ਸਵਾਲ ਨਹੀਂ ਤੇਰੇ ਕੋਲੇ ਦੂਰੀ ਤੇ ਗਰੀਬੀ ਦਾ ਸਵਾਲ ਮਾਰੋ ਥੋੜਾ ਸੋਚੋ
ਭਾਗ ਦੀ ਖਾਤਰ
ਤਾੜੀਆਂ ਮਾਰ ਲਓ ਜੀ। ਤੇਰੇ ਕਰਕੇ ਮੁੰਡਿਆਂ ਦੇ ਨਾਲ ਰੋਜ਼ ਲੜੀਦਾ ਸੀ। ਫਿਲ ਕੰਦਰੀਏ ਪਾ
तक भी खड़ा स्कूटर खाने यार हाले तक भी खड़ा स्कूटर खाने यार ਟੁੱਟ ਜੂ
अमरजीत सोही जी और अमरजीत सोही जी मंत्री कनेडा हम साढ़े आए मेरे वालों की है बहुत बहुत थोड़ा सारे बधाई अपने कम्यूनिटी के भी कई मंत्री बन गए बहुत खुशी की गल होगी मेरिया सहेलियां गल्ला तेरिया सुन तेरी जानी कोई हो जाऊगी दीवानी भोखा मेरे ना कमाएगा ते यारी टुट जू याद कर नवी नवी लगी तो प्यार सी बड़ा रहा सहा तो प्यारा हो गया मेरा बिटू जी मैं बनता नहीं तू ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਰੌਣਕ ਪੰਜਾਬ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ
ਅਸੀਂ ਪਹਿਲਾਂ ਵੀ ਇੱਥੇ ਸ਼ੋਅ ਕਰਕੇ ਗਏ ਹਾਂ ਤੇ ਬੜਾ ਪਿਆਰ ਮਿਲਿਆ ਸਾਨੂੰ ਤੇ ਸੌਰੀ ਅੱਜ ਵੈਦਰ ਖਰਾਬ ਆ ਪਲੀਜ਼ ਮਾਈਕ ਦੇ ਬਿਲਕੁਲ ਵੀ ਮਜ਼ਾ ਨਹੀਂ ਆ ਰਿਹਾ ਬੜਾ ਬੈਲੈਂਸ ਕਰੋ ਸਾਨੂੰ ਆਪ ਨੂੰ ਨਹੀਂ ਮਜ਼ਾ ਆ ਰਿਹਾ ਇਸ ਮੈਕ ਦੀ ਆਵਾਜ਼ ਆ ਰਹੀ ਹੈ ਇਹਦੀ ਬਹੁਤ ਘੱਟ ਆ ਰਹੀ ਤੁਸੀਂ ਹੁਣ ਸਰੋਤਿਆਂ ਨੂੰ ਪੁੱਛ ਲਓ ਜੀ ਦੋਨਾਂ ਦੀ ਪ੍ਰਾਪਤ ਵੈਰਸ ਕਰ ਦਿਓ ਕਿਉਂਕਿ ਕੁੜੀ ਦੀ ਆਵਾਜ਼ ਬੜੀ ਸੋਹਣੀ ਇਹ ਤੁਹਾਡੀ ਆਹ ਪਿੱਛੇ ਬੈਠਾ ਤੱਕ ਵੀ ਜਾਓ ਠੀਕ ਆ ਜੀ ਠੀਕ ਆ ਹਾਂ ਥੈਂਕ ਯੂ ਹੈਲੋ ਥੈਂਕ ਯੂ ਬਿਲਕੁਲ ਠੀਕ ਹੈ ਇੱਥੇ ਰੱਖੋ ਜੀ ਆਹ ਜੀ ਸ਼ੁਰੂ ਹੋਈ ਹੈ ਹੁਣ ਫਿਰ ਦੇਖ ਲਓ
बहुत धन्यवाद सारे सिख फेडरेशन ऑफ एडमिंटन वालों जिन्हें तुम चल के आए हो सब ने धन्यवाद ये प्रोग्राम जरा सफल होने सब का बहुत अर्थ है जो पहला क्या कि आप बजुर्गों का उन्होंने पुरखियों का धन्यवाद करते जिन्होंने जिन्होंने सदके असं इस योगे हुए कि असं इन्होंने मुल्कों के प्रोग्राम कर सके हैं पर हम सा कुछ फर्ज बनते हैं इतने जो प्रोग्राम करते हैं तो असं इन ग्राउंड जी सूँ मिली ने इन्हों सामभ के उस तरह लटा सकी शाम का समा है अपने आप को वधिया आप पेश करना है ताकि इन्होंने ओ तेरे नाल बस विच रौनकां सी घड़ियां थोड़ा थोड़ा बजाई जा करो क्योंकि सुनौड़ा वा सुनना जरूर चल ओ तेरे नाल बस विच रौनक सी बड़िया सच्ची ए उंज पावे होरी सुनकियां सी चढ़िया ओए हाय 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 ओ तेरे नाल बस विच रौनक सी बड़िया उंज पावे होरी सुनकियां सी चढ़िया ਨੀ ਤੂੰ ਲੁੱਟ ਲਿਆ ਮਿੱਤਰਾਂ ਨੂੰ ਠੰਡਾ ਬੀਕਾਨੇਰ ਹੋ ਗਿਆ ਕਾਹਦੀ ਬੱਸ ਤੋਂ ਉਤਰ ਗਈ ਤੂੰ ਠੰਡਾ ਬੀਕਾਨੇਰ ਹੋ ਗਿਆ ਠੰਡਾ ਬੀਕਾਨੇਰ ਹੋ ਗਿਆ ਨਜ਼ਰਾਂ ਦੇ ਨਾਲ ਕਦ ਮਿਲ ਗਈ ਨਜ਼ਰ ਨਹੀਂ ਪਤਾ
ਪਤਾ ਵੀ ਨਾ ਲੱਗਾ ਕਦੋਂ ਲੰਘਿਆ ਸਫ਼ਰ ਨੇ ਨਜ਼ਰਾਂ ਦੇ ਨਾਲ ਕਦੀ ਮੇਰੇ ਕੋਈ ਨਜ਼ਰ ਨੀ ਪਤਾ ਵੀ ਨਾ ਲੱਗਾ ਕਦੋਂ ਲੰਘਿਆ ਸਫ਼ਰ ਨੇ ਹੋਏ ਮੈਨੂੰ ਭੁੱਲਦਾ ਸੁਣ ਖਾ ਤੇਰਾ ਮੂੰਹ ਬਠਿੰਡਾ ਵੀ ਕਾਨੇਰ ਹੋ ਗਿਆ ਕਾਦੀ ਪਾਸੇ ਕਿਉਂ ਉਤਰੇ ਕਹੀ ਤੂੰ ਬਠਿੰਡਾ ਵੀ ਕਾਨੇਰ ਹੋ ਗਿਆ ਬਠਿੰਡਾ ਵੀ ਕਾਨੇਰ ਹੋ ਗਿਆ ਨਜ਼ਰ ਪਈ ਤੂੰ ਦਿਨ ਦੱਸ ਕਿਧਰ
सारी दुनिया का डर सिरों ला के वो साड़ी शरे काम हो गई प्रबंधक पूरा प्रबंध कर रहे जी चेहरा आ गया तुम फिक्र ना करो जो खड़े हो भी चेहरा से सज जाओ बड़ा मजा आ रहा थोड़ा वेख के थोड़ा कट जी थैंक यू सो मच संतू सरजीत मेरी तेरे बिच जान वे ओ
प्यार होना हो तो फिर 25 रुपये वाली गाली नहीं हो जाता हूँ नहीं तो 25 लाख ना भी नहीं होता 1818 to 1822 वाले मुंडे ने ज्यादा होंगी हम आज ਸਫਾਰੀ ਤੇ ਲੈਣ ਆਉਂਦਾ ਹੁਣ ਤਾਂ ਬੜੀਆਂ ਬੜੀਆਂ ਵੱਡੀਆਂ 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 ਗੱਡੀਆਂ ਸਫਾਰੀ ਬੜੀ ਤਕੜੀ ਗੱਡੀ ਸੀ
ਗੋਰੇ ਰੰਗ ਦੇ ਗਾਹਕ ਬਥੇਰੇ ਕਾਲਾ ਨਹੀਂ ਵਿਕਾਊ
ਲੱਗਦਾ ਭਾਵੇਂ ਕਾਲਾ ਮੁੰਡਾ ਨੀ ਦਿਲ ਦਾ ਬਹੁਤਾ ਹੀ ਸਾਊ ਉਹ ਇੱਕ ਵਾਰੀ ਦਿਲ ਸਾਨੂੰ ਤੱਕਿਆ ਫੇਰ ਕਦੇ ਨਾ ਤੇ ਸ਼ਕੀਨੀ ਲਾ ਕੇ ਰੱਖਾਂ ਸੋਹਣੀਏ ਨੀ ਅੰਬਰਾਂ ਚੋਂ ਲਾਲਾ ਜਿਹਨੂੰ ਧੱਕਾ ਸੋਹਣੀਏ ਕਾਲਾ ਰੰਗ ਰੱਬ ਦੀ ਹਦੇੜ ਅੰਦਰੇ ਜੱਟ ਰੱਬ ਦਾ ਨਾਰਾਜ਼ ਕਦੇ ਹੋ ਨਹੀਂ ਸਕਦਾ ਤਰਾਂ ਦਾ ਰੰਗ ਪੱਕਾ ਪੀ ਮੇਰੇ ਕਾ ਜਿਹੜਾ ਹਾਰਦੀਆਂ ਪੱਪਾਂ ਵਿੱਚ ਧੋ ਨਹੀਂ ਸਕਦਾ ਝੂਠ ਬੂਟ ਪਾਗ ਜਿੱਥੋਂ ਲੰਘ ਜਾਈਦਾ ਹੈ ਮੰਦੀ ਮੁੜ ਕੇ ਨਾ ਵੇਖੇ ਵੀ ਹੋ ਨਹੀਂ ਸਕਦਾ ਸ਼ੋਅ ਹੋਇਆ ਸੀ ਕੁਝ ਦੋਸਤ ਨਾਰਾਜ਼ ਹੋ ਗਏ ਸੀ ਮੇਰੇ ਨਾਲ
ਉਹ ਗਾਣਾ ਸੁਣਨਾ ਚਾਹੁੰਦੇ ਸੀ ਆੜਤੀਏ ਦੀ ਹੱਕ ਤੇ ਬਾਪੂ ਰੋਂਦਾ ਦਿਸ ਜਾਂਦਾ। ਉਦੋਂ ਬਾਅਦ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮਨਕੀਰ ਤਾਲਕ ਤੁਹਾਡੇ ਨਾਲ ਹੋ ਗਏ। ਕਈ ਤਾਂ ਇਹ ਹੁੰਦੇ ਆ ਕੈਨੇਡਾ ਦੇ ਵਿੱਚ ਸ਼ੌਕ ਨਾਲ, ਤੇ ਕਈਆਂ ਵਿਚਾਰਿਆਂ ਦੀਆਂ ਜ਼ਮੀਨਾਂ ਵੀ ਗਹਿਣੇ ਪੈ ਜਾਂਦੀਆਂ ਇੱਥੇ ਆਉਂਦਿਆਂ ਆਉਂਦਿਆਂ। ਹੁਣ ਇਹੋ ਜਿਹੀ ਤਸਵੀਰ ਇੱਕ ਪੇਸ਼ ਹੁੰਦੀ ਹੈ ਰਾਤ ਨੂੰ ਜਦੋਂ ਦਿਲ ਕਰਦਾ ਮੁੰਡਾ ਵੀ ਵਾਪਸ ਬੈਡਰ ਨੂੰ ਜਾਈਏ, ਫਿਰ ਸੋਚਦਾ ਕੀ ਕਹਿੰਦਾ। ਹੋ ਦਿਲ ਤਾਂ ਕੀਤਾ ਏ ਕਈ ਵਾਰੀ ਵਤਨੀ ਉੱਡ ਜਾ ਮਾਰ ਉਡਾਰੀ, ਹੋ ਰੋਬ ਜਮਾ ਕੇ ਜਦ ਕੋਈ ਘੋੜਾ ਇੰਗਲਿਸ਼ ਵਿੱਚ ਜਾਂਦਾ, ਓ ਆਰਤੀਏ ਦੀ ਹੱਟ ਤੇ ਬਾਪੂ ਰੋਂਦਾ ਦਿਸ ਜਾਂਦਾ, ਆਰਤੀਏ ਦੀ ਹੱਟ ਤੇ ਬਾਪੂ ਰੋਂਦਾ ਦਿਸ ਜਾਂਦਾ। ਹੋ ਚਿੰਤਾ ਵੱਡ ਵੱਡ ਖਾਂਦੀ ਘਰ ਵਿੱਚ ਭੈਣ ਕੁਵਾਰੀ ਦੀ, ਇਹ ਕਦੋਂ ਤੁਰੂਗੀ ਡੋਲੀ ਪੱਕ ਗਈ ਉਮਰ ਵਿਚਾਰੀ ਦੀ, ਕਦੋਂ ਤੁਰੂਗੀ ਡੋਲੀ ਪੱਕ ਗਈ ਉਮਰ ਵਿਚਾਰੀ ਦੀ। ਉਹ ਹਰ ਵਿਚੋਲਾ ਲਿਸਟ ਦਾਜ ਦੀ ਲੰਮੀ ਲਿਖ ਜਾਂਦਾ, ਉਹ ਆਰਤੀਏ ਦੀ ਹੱਟ ਤੇ ਬਾਪੂ ਰੋਂਦਾ ਦਿਸ ਜਾਂਦਾ, ਓਏ ਮੈਨੂੰ ਆਰਤੀਏ ਦੀ ਹੱਟ ਤੇ ਬਾਪੂ ਰੋਂਦਾ ਦਿਸ ਜਾਂਦਾ। ਉਹ ਬੰਗਲਿਆਂ ਦੇ ਵਿੱਚ ਘਾਹ ਕੱਟਦਾ ਮੈਂ ਪੁੱਤ ਸਰਦਾਰਾਂ ਦਾ, ਇਹ ਜਾਨ ਸੁਕਾਈ ਰੱਖਦਾ ਏ ਕਰਜ਼ਾ ਸ਼ਾਹੂਕਾਰਾਂ ਦਾ, ਬੰਗਲਿਆਂ ਦੇ ਵਿੱਚ ਘਾਹ ਕੱਟਦਾ ਮੈਂ ਪੁੱਤ ਸਰਦਾਰਾਂ ਦਾ, ਇਹ ਜਾਨ ਸੁਕਾਈ ਰੱਖਦਾ ਏ ਕਰਜ਼ਾ ਸ਼ਾਹੂਕਾਰਾਂ ਦਾ। ਉਹ ਵੇਖ ਡਿਗਰੀਆਂ ਕਰੀਆਂ ਮੇਰਾ ਭਰ ਭਰ ਚਿੱਪ ਜਾਂਦਾ, ਉਹ ਆਰਤੀਏ ਦੀ ਹੱਟ ਤੇ ਬਾਪੂ ਰੋਂਦਾ ਦਿਸ ਜਾਂਦਾ, ਮੈਨੂੰ ਆਰਤੀਏ ਦੀ ਹੱਟ ਤੇ ਬਾਪੂ ਰੋਂਦਾ ਦਿਸ ਜਾਂਦਾ, ਆਰਤੀਏ ਦੀ ਹੱਟ ਤੇ ਬਾਪੂ ਰੋਂਦਾ ਦਿਸ ਜਾਂਦਾ। ਗੋਰਾ
ਰੰਗ ਬਰੰਗੇ ਪਾਣੀ ਆ ਸਾਰੇ ਸੂਟ ਲਹਿੰਗਾ ਪਾਇਆ ਸੂਟ ਵੀ ਨਹੀਂ ਪਾਇਆ ਆਪਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਸੂਟਾਂ 'ਚ ਕਿਹੜੀ ਕਿਹੜੀ ਚੀਜ਼ ਆਉਂਦੀ ਹੈ सारे सूट भी साडे दिनां विच करके कंगाल जट तेरे पिछे बोले गल झूठा दी बोले सोनी कोई हो बेबस झट कर साई मंगरा असा तेरे पैर कराइया झांझर फिर की हो गया वीरे दिया सहरिया ने कड़ा पाया भी तेरे चक्कर सेर हो गया तेरे हर कथे ना भुले मार के ताज महल साडे ना कराता तू अलाट नहीं ताज इन्हें जोगा है नहीं मैं झांझरा कराइया कोई बखरी सौगात नहीं ताज महल साडे ना कराता तू अलाट नहीं लखबीर नाल हो रिश्तेदार है दोस्त है छोटी सोच होगी गल्ला करे छोटी
ਭੁੱਲਰ ਜੀ ਅਤੇ ਜਨਿਤ ਕੌਰ ਦਾ ਬਹੁਤ ਸੋਹਣਾ, ਬਹੁਤ ਹੀ ਵਧੀਆ ਸੋਲੋ ਗਾਇਕੀ ਤੋਂ ਲੈ ਕੇ ਡਿਊਟ ਗਾਇਕੀ ਹਰ ਰੰਗ ਸਾਡੇ ਨਾਲ ਸਾਂਝਾ ਕੀਤਾ, ਸੋ ਤਹਿ ਦਿਲੋਂ ਸ਼ੁਕਰੀਆ ਦਾ ਧੰਨਵਾਦ। ਸੋ ਪੂਰਾ ਮੇਲਾ ਜਿਹੜਾ ਪੰਜਾਬ ਦੇ ਕਿਸੇ ਪਿੰਡ 'ਚ ਲੱਗਾ ਹੋਵੇ, ਪੰਜਾਬ 'ਚ ਲੱਗਾ ਹੋਵੇ, ਉਸੇ ਤਰ੍ਹਾਂ ਤੁਹਾਡਾ ਮਾਹੌਲ ਬਣਿਆ ਹੋਇਆ। ਤੁਸੀਂ ਬੜੇ ਜਜ਼ਬੇ ਦੇ ਨਾਲ ਬੈਠ ਕੇ ਇਸ ਪ੍ਰੋਗਰਾਮ ਨੂੰ ਮਾਣ ਰਹੇ ਹੋ, ਬੜੀ ਮੁਹੱਬਤ ਨਾਲ, ਬੜੀ ਸ਼ਿੱਦਤ ਨਾਲ ਸੁਣ ਰਹੇ ਹੋ, ਬਹੁਤ ਧੰਨਵਾਦ। ਇੱਧਰ ਜਿਹੜੇ ਸੱਜਣ ਪਿੱਛੇ ਖੜ੍ਹੇ ਨੇ ਬਣਾਲ ਤੋਂ, ਉਹ ਥੋੜ੍ਹਾ ਜਿਹਾ ਮੋਹਰੇ ਆ ਜਾਓ ਤਾਂ ਹੋਰ ਵੀ ਗੱਲ ਬਣ ਜਾਓ, ਕਿਉਂਕਿ ਜਿੰਨੀਆਂ ਨਜ਼ਰਾਂ ਵੱਧ ਮਿਲਦੀਆਂ ਕਲਾਕਾਰ ਦੀਆਂ ਇੱਥੋਂ, ਉਹ ਜ਼ਿਆਦਾ ਚੰਗਾ ਲੱਗਦਾ। ਸੋ ਬਹੁਤ ਧੰਨਵਾਦ ਇੱਕ ਵਾਰੀ ਕਰ ਦੇਵਾਂ ਫਿਰ। ਜਿੰਨੇ ਫੂਡ ਇੱਧਰ ਸਰਵ ਕਰ ਰਹੇ ਨੇ ਆਲ ਇੰਡੀਆ ਸਵੀਟਸ ਵਾਲੇ, ਉੱਥੇ ਕੜੀ ਚੌਲ ਅਤੇ ਹੋਰ ਬੜਾ ਪਕੌੜੇ ਜਿਹੜੇ ਚੱਲ ਰਹੇ ਆ, ਐਡਮਿੰਟਨ ਟੋਇੰਗ ਤੋਂ ਵੀ ਰਾਜੇ ਹੋਣੀ ਬੜਾ ਸੋਹਣਾ ਜਿਹੜਾ ਪਕੌੜੇ ਤੋਂ ਸਰਵ ਹੋ ਰਿਹਾ, ਉਸ ਦੇ ਨਾਲ ਅੱਗੇ ਸੁੱਖ ਢਿੱਲੋਂ ਹੋਣੀ ਤੋਂ ਸਾਰੀ ਟੀਮ ਜਿਹੜੀ ਆ ਉਹ ਦੁੱਧ ਸੋਡਾ ਜਿਹੜਾ ਚੱਲ ਰਿਹਾ, ਸਾਰੀ ਔਰਗੇਨਾਈਜੇਸ਼ਨ ਦਾ ਬਹੁਤ ਧੰਨਵਾਦ। ਅਤੇ ਉਹਦੇ ਨਾਲ ਤੁਹਾਨੂੰ ਇੱਕ ਹੋਰ ਸੁਨੇਹਾ ਦੇ ਦਿਆਂ ਕਿ ਅਲਬਰਟਾ ਪੰਜਾਬੀ ਸਪੋਰਟਸ ਕਲੱਬ ਵੱਲੋਂ 13 ਅਗਸਤ ਨੂੰ ਜਿਹੜਾ ਕਬੱਡੀ ਕੱਪ ਹੋ ਰਿਹਾ ਹੈ ਨੌਰਥ ਸਾਈਡ ਦੇ ਵਿੱਚ, ਕਲੀਅਰ ਵਿਊ ਰੈਕ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਕਰਵਾਇਆ ਜਾ ਰਿਹਾ। ਸੋ ਹੋਮ ਹਮਾ ਕੇ ਇਸੇ ਤਰ੍ਹਾਂ ਹੀ ਤੁਸੀਂ ਉੱਥੇ ਵੀ ਪਹੁੰਚ ਕੇ ਜਿਹੜਾ ਮੇਲੇ ਦੀ ਰੌਣਕ ਨੂੰ ਹੋਰ ਵਧਾ ਸਕਦੇ ਹੋ। ਧੰਨਵਾਦ ਇੱਕ ਵਾਰੀ ਫਿਰ ਸਾਰੇ ਸਪੋਰਟਸ ਦਾ ਜਿਹੜੇ ਆਏ ਹੋਏ ਨੇ, ਥੈਂਕ ਯੂ। ਕਹਿੰਦੇ ਕਿ ਇਸ ਤੋਂ ਬਾਅਦ ਬੜੇ ਚੰਗੇ ਚੰਗੇ ਜਿਹੜੇ ਆ ਆਰਟਿਸਟ ਜਿਹੜੇ ਆਉਣੇ ਆ, ਕਿਸੇ ਨੇ ਜਾਣਾ ਨਹੀਂ, ਐਂਡ ਤੱਕ ਜਿਹੜੇ ਸਾਰੇ ਆਰਟਿਸਟ ਆਏ ਹੋਏ ਉਹਨਾਂ ਨੇ ਫਿਰ ਬੋਲੀਆਂ ਪਾਉਣੀਆਂ ਇਕੱਠਿਆਂ ਨੇ। ਪੂਰਾ ਪੰਜਾਬ ਦੀਆਂ ਜਿਹੜੀਆਂ ਬੋਲੀਆਂ ਨੇ, ਠੇਠ ਬੋਲੀਆਂ ਨੇ, ਅੱਜ ਸੁਣਨ ਤੁਹਾਨੂੰ ਮਿਲਣਗੀਆਂ। ਜ਼ਿੰਦਗੀ ਦੇ ਵਿੱਚ ਬਹੁਤ ਬੰਦੇ ਨੂੰ ਸੁੱਖ ਵੀ ਆਉਂਦੇ ਆ, ਦੁੱਖ ਵੀ ਆਉਂਦੇ। ਕਹਿੰਦੇ ਇੱਕ ਤਜ਼ਰਬੇਕਾਰ ਬੰਦੇ ਨੂੰ ਕਿਸੇ ਨੇ ਪੁੱਛਿਆ, ਕਿਸੇ ਨੇ ਇੱਕ ਫੌਜੀ ਬਾਬੇ ਨੂੰ ਪੁੱਛਿਆ ਕਿ ਜ਼ਿੰਦਗੀ ਕੀ ਹੈ, ਕਿਸੇ ਨੇ ਇੱਕ ਫੌਜੀ ਬਾਬੇ ਨੂੰ ਪੁੱਛਿਆ ਕਿ ਜ਼ਿੰਦਗੀ ਕੀ ਹੈ, ਤਾਂ ਬਾਬਾ ਬੋਲਿਆ ਕਿ ਹਾਦਸਿਆਂ ਦਾ ਸਮੂਹ ਹੈ ਜ਼ਿੰਦਗੀ। ਤੁਸੀਂ ਕਦੇ ਗਿੱਧੇ ਦੇ ਪਿੜ ਕੋਲੋਂ ਲੰਘੋ, ਤੁਹਾਨੂੰ ਵੇਖ ਕੇ ਮਟਿਆਰ ਬੋਲੀ ਪਾਵੇ, ਤਾਂ ਲੱਗਦਾ ਹੈ ਹਾਦਸੇ ਬੜੇ ਹਸੀਨ ਹੁੰਦੇ ਨੇ। ਅਤੇ ਇਸੇ ਤਰ੍ਹਾਂ ਮੈਂ ਇੱਕ ਵਾਰੀ ਛੁੱਟੀ ਆਉਂਦਾ ਲੰਘਿਆ ਸੀ ਗਿੱਧੇ ਦੇ ਪਿੜ ਕੋਲੋਂ, ਤਾਂ ਮੈਨੂੰ ਵੇਖ ਕੇ ਮੁਟਿਆਰ ਨੇ ਹੇਕ ਚੁੱਕੀ ਕਿ ਨੌਕਰ ਨੂੰ ਨਾ ਦੇਈ ਬਾਬਲਾ। ਉਦੋਂ ਲੱਗਿਆ ਸੀ ਹਾਦਸੇ ਕਿੰਨੇ ਬੇਰਹਿਮ ਹੁੰਦੇ ਨੇ। ਕਹਿਣਾ ਤਾਂ ਉਸਨੂੰ ਚਾਹਿਆ ਸੀ ਨੀ ਅੜੀਏ ਕੀ ਦਾ ਜੀ ਕਰਦਾ ਇਹਨੇ ਆਈ ਮੋਤੇ ਮਰਨ ਨੂੰ, ਕੱਲਿਆਂ ਬਰਫਾਂ ਵਿੱਚ ਠਰਨ ਨੂੰ, ਹਿਜ਼ਰਾਂ ਦੀ ਪੀੜਾ ਜਰਨ ਨੂੰ, ਪਰ ਜ਼ਿੰਦਗੀ ਮਹਿਜ਼ ਤੇਰੀਆਂ ਅੱਖਾਂ ਵਿੱਚ ਲਿਖੀ ਪ੍ਰੇਮ ਗਾਥਾ ਹੀ ਨਹੀਂ, ਬੇਬੇ ਦੀ ਰੋਜ਼ ਘੱਟ ਜਾਂਦੀ ਨਿਗਾਹ ਵੀ ਤਾਂ ਜ਼ਿੰਦਗੀ ਹੈ। ਕਹਿਣਾ ਤਾਂ ਉਸਨੂੰ ਇਹ ਵੀ ਚਾਹਿਆ ਸੀ, ਸ਼ੁਕਰੀਆ, ਕਹਿਣਾ ਤਾਂ ਉਸਨੂੰ ਚਾਹਿਆ ਸੀ। ਇੱਕ ਇਸ ਤੋਂ ਹੋਰ ਬਹੁਤ ਦੂਰ ਇੱਕ ਹੋਰ ਗੀਤ ਮੈਨੂੰ ਬੜਾ ਰਵਾਇਆ ਕਰਦਾ ਹੈ ਕਿ ਤੇਰੀ 2% ਦੀ ਨੌਕਰੀ ਅਤੇ ਮੇਰਾ ਲੱਖਾਂ ਦਾ ਸਾਮਨ ਜਾਏ। ਕਹਿਣਾ ਤਾਂ ਉਸਨੂੰ ਚਾਹਿਆ ਸੀ ਕਿ ਤੇਰੇ ਭਿੱਜੇ ਬਦਨ ਦੀ ਖੁਸ਼ਬੂ ਹੀ ਜ਼ਿੰਦਗੀ ਨਹੀਂ, ਬਾਪੇ ਦੀ ਬਾਪੂ ਦੀ ਚਿਰ ਤੋਂ ਗਹਿਣੇ ਪਈ ਜ਼ਮੀਨ ਨੂੰ ਛਡਾਉਣ ਦੀ ਰੀਝ ਵੀ ਜ਼ਿੰਦਗੀ ਹੈ, ਤੇਰੀ ਜੁੱਤੀ ਨੂੰ ਪੱਖੀ ਨੂੰ ਘੁੰਗਰੂ ਲਵਾਉਣ ਦੀ ਰੀਝ ਹੀ ਜ਼ਿੰਦਗੀ ਨਹੀਂ, ਚਿਰ ਤੋਂ ਗਹਿਣੇ ਪਈ ਜ਼ਮੀਨ ਛਡਾਉਣ ਦੀ ਰੀਝ ਵੀ ਜਿਹੜੀ ਜ਼ਿੰਦਗੀ ਹੈ। ਪਰ ਫਿਰ ਸੋਚਿਆ ਕਿ ਇਸ ਉੱਤੇ ਸਾਰੇ ਹੀ ਸੁਪਨੇ ਲੈਂਦੇ ਨੇ, ਪਰ ਸੁਪਨਿਆਂ ਲਈ ਇੱਕ ਖਾਸ ਵੱਤਰ ਲੋੜੀਂਦਾ ਹੈ, ਆਓ ਇਹਨਾਂ ਸੁਪਨਿਆਂ ਨੂੰ ਬੀਜਣ ਤੋਂ ਪਹਿਲਾਂ ਉਸ ਵੱਤਰ ਨੂੰ, ਉਸ ਧਰਤ ਨੂੰ ਅਨੁਕੂਲ ਕਰੀਏ। ਥੈਂਕ ਯੂ ਸੋ ਮੱਚ, ਤੁਹਾਡੀਆਂ ਤਾੜੀਆਂ ਲਈ ਬਹੁਤ ਧੰਨਵਾਦ। ਮੈਂ ਪਹਿਲਾਂ ਕਿਹਾ ਸੀ ਤਾੜੀਆਂ ਬਹੁਤ ਵੱਡਾ ਜਿਹੜਾ ਇਹ ਸਾਜ਼ ਹੁੰਦੀਆਂ ਹੈ, ਕਲਾਕਾਰ ਦਾ ਸਨਮਾਨ ਹੁੰਦੀਆਂ, ਇਹਨੂੰ ਢਿੱਲ ਨਾ ਕਰਿਆ ਕਰ ਉਹਨੂੰ ਦੇਣ ਲੱਗੇ, ਇਹ ਉਹ ਚੀਜ਼ ਹੈ ਤਾੜੀਆਂ ਚੁਟਕੀਆਂ ਉਹ ਚੀਜ਼ ਨੇ ਜਿੱਥੋਂ ਬਾਅਦ 'ਚ ਸਾਜ਼ ਜਿਹੜੇ ਜਿੱਥੋਂ ਸਫ਼ਰ ਸ਼ੁਰੂ ਹੁੰਦਾ ਹੈ। ਇਹ ਪੰਡਿਤ ਰਾਗ ਦੇ ਪਿੱਛੋਂ ਸਦੀ ਦੇ ਬਾਅਦ ਆਉਂਦੇ ਨੇ, ਪਹਿਲਾਂ ਮੇਰੇ ਹੌਕੇ ਹੀ ਮੇਰੀ ਵੰਝਲੀ ਦੇ ਸਾਹ ਬਣਦੇ। ਲਓ ਤੁਹਾਡੀਆਂ ਖੂਬਸੂਰਤ ਤਾੜੀਆਂ ਦੀ ਆਵਾਜ਼ ਦੇ ਵਿੱਚ, ਮਿਊਜ਼ਿਕ ਧੁਨਾਂ ਦੇ ਵਿੱਚ ਮੈਂ ਉਸ ਕਲਾਕਾਰ ਨੂੰ ਬੁਲਾਉਣ ਜਾ ਰਿਹਾ। ਇੱਕ ਵਾਰੀ ਧੰਨਵਾਦ ਪ੍ਰਿਤਪਾਲ ਸਿੰਘ ਜੀ ਸੇਖੋਂ MMP ਟਰੈਕਿੰਗ ਤੋਂ, ਉਹਨਾਂ ਦਾ ਬਹੁਤ ਧੰਨਵਾਦ। ਸਾਰੇ ਜਿੰਨੇ ਵੀ ਇਸ ਮੇਲੇ ਨੂੰ ਸਫ਼ਰ ਕਰਨ ਦੇ ਵਿੱਚ ਇਹਨਾਂ ਨੇ ਸਹਾਇਤਾ ਦਿੱਤੀ, ਸਾਰਿਆਂ ਦਾ ਬਹੁਤ ਧੰਨਵਾਦ। ਮੈਂ ਉਸ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਜਿਹਦੇ ਮਿੱਠੇ ਮਿੱਠੇ ਗੀਤ ਨੇ, ਜਿਹਨੇ ਗਾਇਆ ਹੈ ਸੋਹਣਾ ਤਾਂ ਪਤੰਦਰਾ ਤੋਂ ਖਾਸ ਨਹੀਂ ਉਹ ਹੈਗਾ ਵੀ ਗੱਲਾਂ ਮਿੱਠੀਆਂ ਦੀ ਫੱਟੀ ਹੋਈਆਂ, ਜਾਂ ਜਿਹਨੇ ਗੱਭਰੂਆਂ ਅਤੇ ਮੁਟਿਆਰਾਂ ਦੀ ਗੱਲ ਕਰਦੇ ਕਿਹਾ ਕਿ ਚੜ੍ਹਦੇ ਸਿਆਲ ਵਿੱਚ ਬੱਲੀਏ ਤੈਨੂੰ ਜੱਟ ਨੇ ਵਿਆਹ ਕੇ ਲੈ ਜਾਣਾ ਨਹੀਂ, ਜੇ ਜੱਟ ਹੁੰਦੇ ਨੇ ਜਗਾੜੀ ਬੱਲੀਏ। ਤਾਂ ਤੁਹਾਡੀਆਂ ਤਾੜੀਆਂ ਦੇ ਵਿੱਚ ਅਤੇ ਮਿਊਜ਼ਿਕ ਧੁਨਾਂ ਦੇ ਵਿੱਚ ਤੁਹਾਡੇ ਦਰਮਿਆਨ ਆ ਰਿਹਾ ਮਨਕੀਰਤ ਔਲਖ। ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਹੋ ਜੀ ਐਡਮਿੰਟਨ ਵਾਲੇ, ਸਾਰੇ ਵਧੀਆ? ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ।
ਜੇ ਤੂੰ ਨਾ ਕਰੇ ਤੇ ਵਾਹਿਗੁਰੂ ਹੋਰ ਕਰੂ ਕਿਹੜਾ ਹੋ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਥੋੜੀ ਇਹਦੀ ਮੋਨੀਟਰਾਂ ਦੀ ਆਵਾਜ਼ ਥੋੜੀ ਜ਼ਿਆਦਾ ਕਰ ਦਿਓ ਮੇਰੀ ਆਵਾਜ਼ ਮੈਨੂੰ ਸੁਣ ਜੇ ਤੂੰ ਨਾ ਕਰੇ ਤੇ ਵਾਹਿਗੁਰੂ ਹੋਰ ਕਰੂ ਕਿਹੜਾ ਓ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਇਹ ਲੋਕੀ ਤੱਕਦੇ ਐ ਬੁਗਨਾ ਮੇਰੇ ਹੋ ਤੇ ਮੈਂ ਤੱਕਾਂ ਰਹਿਮਤਾਂ ਕਿਉਂਕਿ ਇੰਡੀਆ ਵਾਲੇ ਸਟੈਂਡਾਂ 'ਚ ਵੀ ਬੜਾ ਫਰਕ ਹੈ ਅਤੇ ਕਨੇਡਾ ਵਾਲੇ ਸਟੈਂਡ ਵੀ ਥੋੜ੍ਹੇ ਜਿਹੇ ਵਕਤ ਲੱਗਦਾ ਕਿਉਂਕਿ ਸਿਆਣੇ ਕਹਿੰਦੇ ਤਿੰਨ ਕੁ ਗੇੜੇ ਆਏ ਤਾਂ ਕਨੇਡਾ ਬੰਦਾ ਟੂਟੀਆਂ ਚਲਾਉਣੀਆਂ ਹੀ ਸਿੱਖਦਾ ਅਤੇ ਉਹ ਖਾਲੀ ਸਟੈਂਡਾਂ ਦੀ ਆ ਸਾਣ ਜੇ ਹਜੱਟ ਕਰਦ 6 ਫੁੱਟ ਨਹੀਂ ਫਿਲਮ ਹੀ ਰੋਜ਼ ਹੀ ਆਊਟ ਲੋਕੜੀ ਕਰੂ
ਵੀ ਲੱਗ ਰਿਹਾ ਮੇਲਾ ਕੈਨੇਡਾ ਦਾ ਘੱਟ ਦੇ ਇੰਡੀਆ ਦਾ ਪਿੰਡਾਂ ਦਾ ਜ਼ਿਆਦਾ ਲੱਗ ਰਿਹਾ ਬਾਕੀ ਮੇਰੇ ਸਾਰੇ ਸੱਜਣ ਬਾਦਵਾ ਸਾਹਿਬ ਅਮਨ ਤੇ ਸਾਡੇ ਸਿੱਖ ਮੰਡਰੇ ਸਾਰੇ ਮੇਰੇ ਸਾਰੇ ਵੀ ਬਹੁਤ ਸੋਹਣਾ ਇਹ ਮੇਲਾ ਕਰਾਇਆ ਸਾਰੇ ਆਪਦਾ ਜ਼ਰੂਰੀ ਕੰਮ ਜੋਬਾਂ ਛੱਡ ਕੇ ਇੱਥੇ ਪਹੁੰਚੇ ਨੇ ਬਾਕੀ ਮੇਰੇ ਵੀ ਵਿੱਚੂ ਹੋਣੀ ਨਹੀਂ ਮੇਰੇ ਨਹੀਂ ਮਾੜੇ ਕਿਆ ਬਾਤ ਹੈ ਕਿਆ ਬਾਤ ਕਹਿੰਦਾ ਜੀ ਮੈਥੋਂ ਸੋਹਣਾ ਨਹੀਂ ਕੋਈ ਜੱਗ ਤੇ ਜੰਮ ਸਕਦਾ ਹਰ ਬੰਦੇ ਨੂੰ ਇਹ ਜ਼ਰੂਰ ਹੁੰਦਾ ਉਹ ਮੇਰੇ ਮੂਹਰੇ ਵੀ ਰੱਬ ਨਹੀਂ ਜੱਗ ਸਕਦਾ ਜੀ ਮੈਨੂੰ ਬੰਦੇ ਨੂੰ ਇਹ ਫਤੂਰ ਹੁੰਦਾ ਇਹ ਬਹੁਤੀ ਲੰਬੀ ਉਮਰ ਨਹੀਂ ਭੋਗ ਸਕਦਾ ਮਾੜੇ ਕੰਮਾਂ 'ਚ ਜੋ ਮਸ਼ਹੂਰ ਹੁੰਦਾ ਉਹ ਮੱਖਣ ਬਰਾੜਾ ਕਤਲ ਕੇ ਕਰਨ ਦੋਵੇਂ ਜੀ ਨਾਲ ਜੱਟ ਦੇ ਮਰ ਵੀ ਜ਼ਰੂਰ ਹੁੰਦਾ ਹੁਣ ਗਾਣਾ ਉਹ ਜਿਹਨੇ ਮਨਕੀਰ ਦੌਲਤ ਬਣਾਇਆ ਦੇ ਕੈਡਾ ਨਾਮ ਜਿਹਨੂੰ ਤੁਸੀਂ ਇੰਨਾ ਪਿਆਰ ਕੀਤਾ ਤੇ ਵਿਆਹੇ ਬੰਦਿਆਂ ਨੇ ਸਪੈਸ਼ਲ ਮੈਨੂੰ ਫੋਨ ਕਰ ਕਰਕੇ ਆ ਭਰਾਵਾ ਸਾਡੀ ਜ਼ਿੰਦਗੀ ਬਣਾ ਦਿੱਤੀ ਸਾਨੂੰ ਮਨਜ਼ੂਰ ਵੇ ਕਦੇ ਬਣਿਆ ਅੱਧੀ ਅੱਧੀ ਰਾਤ
ਦੇ ਨੂੰ ਮਿੱਠੀਏ ਨੇ ਜੱਟ ਨੇ ਵਿਆਹ ਕੇ ਲੈ ਜਾਣਾ ਨੀ। ਵਿਆਹ ਦਾ ਕਹਿੰਦਾ ਵੀ ਚਾਹ ਵੀ ਸਾਰਿਆਂ ਨੂੰ ਹੁੰਦਾ ਤੇ ਡਰ ਵੀ ਸਾਰੇ ਬਾਪੂ ਨੂੰ। ਪਤਾ ਕੀ ਕਹਿੰਦਾ, ਵੋਟੀ ਲੈ ਕੇ ਆਉਣੀ ਬਾਪੂ ਪਾਕਿਸਤਾਨ ਤੋਂ, ਵੋਟੀ ਲੈ ਕੇ ਆਉਣੀ ਬਾਪੂ ਪਾਕਿਸਤਾਨ ਤੋਂ, ਜੇ ਹੋ ਗਈ ਕਿਤੇ ਗੁੱਸੇ ਰਹਿ ਜੂ ਪੇਕੇ ਜਾਣ ਤੋਂ। ਅੱਗੋਂ ਬਾਪੂ ਵੀ ਕੱਬਾ ਕਹਿੰਦਾ, ਪੁੱਤਰਾ ਕਿਹੜੀ ਮਰਜ਼ੀ ਲੈ ਜਾਏਗਾ, ਦਾਰੂ ਕੱਢਣੀ ਆ ਪੀਣੀ, ਤੇਰੇ ਮਾਸਰ ਨੂੰ ਪੜਾਉਣਾ ਕਹਿਣਾ ਤੇ ਬੱਕਰਾ ਸੰਤਾ ਕਹਿੰਦਾ ਬੱਕਰੇ ਨਾਲ ਮਤਲਬ ਆ, ਕਹਿੰਦਾ ਪੁੱਤ ਦੇ ਕਹਿੰਦਾ ਤਿੰਨ ਚਾਰ ਹੈ, ਇਹਦਾ ਵਿਆਹ ਮੈਨੂੰ ਪਤਾ ਨੀ ਵੀ ਮੈਂ ਪੁੱਤ ਦਾ ਕਰਨ ਲਿਆ ਕਿ ਭਰਾਵਾਂ ਦਾ ਕਰਨ ਲਿਆ, ਤਾਂ ਹੀ ਗੱਲ ਲਿਖੀ ਆ ਲਿਖਣ ਵਾਲੇ ਨੇ। ਕਹਿੰਦਾ ਉਹ ਬਾਪੂ ਨੇ ਵੀ ਦੇਸੀ ਵਾਲੇ ਚਾੜਦੇ ਡਰਾਮ ਨੇ Yeah.
ਜਿਹੜਾ ਬੰਦਾ ਸਿਰਫ ਜਿਸਮ ਦਾ ਭੁੱਖਾ ਹੁੰਦਾ ਵੋਟ ਤੇਰੀ ਸਾਡੇ ਪਿੰਡ ਪੈਂਦੀ ਅੰਮੀ ਦਾ ਬੁਰਾ ਹਾਲ ਵੇ ਮੇਰਾ ਜੀ
ਦਾ ਹੋਇਆ ਨਹੀਂ। ਕੋਈ ਕਹੀ ਜਾਂਦੀ ਵੀ ਮੇਰਾ ਜੀ ਨਹੀਂ ਲੱਗਦਾ ਲੈ ਚੱਲ ਇੰਡੀਆ ਨਾਲ, ਤੇ ਕਹਿੰਦੇ ਕਿਸੇ ਦਾ ਇੰਡੀਆ ਤੋਂ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ ਤੇ ਜਿਹਦਾ ਵੀਜ਼ਾ ਨਹੀਂ ਲੱਗਦਾ ਉਹ ਵੀ ਸਰਦਾਰਾਂ ਦੇ ਭੈਣੇ ਵਿੱਚ ਪੱਕੇ ਹੁੰਦੇ ਵੱਡੇ ਸਰਦਾਰਾਂ ਦੇ ਭੈਣੇ
वाहिगुरु जी का खालसा श्री वाहिगुरु जी की फतेह। पहला तो मैं एक गल पूछनी है तुम सारे भी इधरले पासे कुर्सियां खाली है इधर की है बनाया हजा है सामने आ जाओ मेरा वीर क्योंकि थोड़े चेहरे देखने आए हैं असं गुलाब के फुलों वाले खिड़े चेहरे सियाने कहते भी मुख देख के जाइए तो फिर मुख याद रहा पिठ देख के जाइए फिर पिठ याद रही। सो मेरे सारे वीर मेरी रिक्वेस्ट है इधरले पासे सामने वीरे आ जाओगे तो मैंने भी बड़ी खुशी हो कि साड़ी गल मान ली सू सारे निकी जी आया पहला तो तुम अपने अपने कीमती समय चो समा कट के पहुंचे हो गाने भी चलते रहेंगे गल् भी चल दया रहन तो कुछ काम दिन गल् बहुत जरूरी ने क्योंकि बहुत सारे सियाने बजुर्ग सामने बैठे हैं मातावान बैठी है मेरी इधरले पासे ध्यान बड़ा पता नहीं किधरले पासे होता सामने मम्मी भी बुलाया जरा मम्मी सिर च सफेद वाल जिन्होंने उधर लगी पता बेबे पैरी पैना चला घर इधर उधर की उन्होंने कोल ही रहना। अच्छा बहुत सारे प्रोग्राम देखने का मौका मिलता कोई ना कोई जोड़ा यह जहाँ हटाना ही पैदा पता नहीं कितनी गल् छेड़ के बैठी होंगे माड़ा जहा ढोल बंद होवे नाल दी है नाल दी दे कान दे विच नाल ही मूंह हुंदा फलानी सूट पता नहीं कितों लै के आई बड़ा सोहना सी। सो चलो पहला काम की गल करिए अजकल उस पातशाह उस परमात्मा के नाल थोड़ी जी नाराजगी चल रही है पहला तो यह दसो किसी को रुमाल हैगा रुमाल हैगा बड़े पुछ लिया कहते इतने रुमाल ही नहीं कोई रखता इतने आती नहीं गई जो ठंड होंगी है हैं ਭੁੱਲਰ ਸਾਹਿਬ ਵੀ ਕੰਮ ਆਏ ਮੇਰੇ ਬੜਿਆਂ ਨੂੰ ਪੁੱਛਿਆ ਕਹਿੰਦੇ ਰੁਮਾਲ ਨਹੀਂ ਰੱਖਦੇ ਭਾਜੀ ਇੱਥੇ ਅਸੀਂ। ਅੱਛਾ ਚਲੋ ਮਜ਼ਾਕ ਵੀ ਚੱਲਦਾ ਰਹੂ ਸਿਆਣੀਆਂ ਗੱਲਾਂ ਵੀ ਚੱਲਦੀਆਂ ਰਹਿਣਗੀਆਂ ਬੜਾ ਸੁਣੀ ਦਾ ਵੀ ਜਦੋਂ ਅਸੀਂ ਜੰਮੇ ਪਲੇ ਸਾਡੇ ਫਾਦਰ ਸਾਹਿਬ ਸਾਡੇ ਮਦਰ ਉਹਨਾਂ ਨੇ ਕਿਹਾ ਵੀ ਪੁੱਤਰ ਜੋ ਵੀ ਚੱਲਦਾ ਦੁਨੀਆਂ ਦੇ ਵਿੱਚ ਪਰਮਾਤਮਾ ਦੀ ਰਜ਼ਾ ਦੇ ਨਾਲ ਚੱਲਦਾ ਉਹਦੀ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਪਰ ਇੰਨਾ ਕੁਛ ਹੋ ਹੀ ਜਾਂਦਾ ਦੁਨੀਆਂ ਦੇ ਵਿੱਚ ਇਹਦਾ ਮਤਲਬ ਫਿਰ ਉਹਦੀ ਰਜ਼ਾਈ ਹੈ ਉਹ ਵੀ ਮੌਜਾਂ ਕਰਦਾ ਸਾਨੂੰ ਸਾਰਿਆਂ ਨੂੰ ਬਣਾ ਕੇ ਬੈਠਾ ਕਿਤੇ ਕਿੰਨੀਆਂ ਕਿੰਨਾ ਕੁਛ ਹੋ ਗਿਆ ਦੁਨੀਆਂ ਦੇ ਉੱਤੇ ਬੰਦੇ ਨੂੰ ਬੰਦਾ ਮਾਰੀ ਜਾ ਰਿਹਾ ਸੋ ਉਹਦੇ ਨਾਲ ਕੁਝ ਹੋਣਾ ਮੇਰੇ ਜੀ ਮੈਨੂੰ ਉਮੀਦ ਹੈ। ਹੁਣ ਇੱਕ ਰਿਕੁਐਸਟ ਦੇਣਾ ਸ਼ੁਰੂ ਕਰਨ ਤੋਂ ਪਹਿਲਾਂ ਹੋ ਰਿਹਾ ਵੀ ਮੈਨੂੰ ਪਤਾ ਤੁਸੀਂ ਗਰਮੀ ਦੇ ਹਿਸਾਬ ਨਾਲ ਆਏ ਸੀਗੇ ਪਰ ਹੁਣ ਹੋ ਗਈ ਹੈ ਠੰਡ ਤੇ ਜਾਣਾ ਕਿਸੇ ਨੇ ਨਹੀਂ ਆ ਮੈਂ ਕੋਟ ਲਾ ਲੈਣਾ ਤੁਸੀਂ ਕਹਿੰਦੇ ਹੁਣੇ ਵੀ ਇਹਨੇ ਕੋਟ ਪਾ ਕੇ ਆਪਦੇ ਖੜਾ ਆਪ ਨੂੰ ਠੰਡ ਲੱਗਦੀ ਹੈ ਤੇ ਕੋਟ ਪਾਇਆ ਤੇ ਸਾਡੇ ਕੋਲ ਕਹਿੰਦਾ ਵੇਚਦੇ ਰਹੋ ਅਸੀਂ ਪੰਜਾਬ ਤੋਂ ਆਈਏ ਠੰਡ ਥੋੜ੍ਹੀ ਜਿਹੀ ਜ਼ਿਆਦਾ ਲੱਗਦੀ ਹੈ ਆਓ ਜੀ ਆਹ
यू वेरी मच। बहुत बहुत मेहरबानी साढ़े बहुत सारे सज्जन इतने पहुंचे ने बसोता साहब बड़े पुराने साढ़े मित्र निकी जी है उन्होंने। अच्छा जब तुम उठ के जान लगे मैं पहला ही दस दे मैं उदो ही प्रोग्राम खत्म कर दू पर बीचों उठ के जाना कलाकार की कमर टुट जाती है सर जी। 14-15 घंटे जो तू फ्लाइट लैके इतने आना पैंता दो दिन गोडे नहीं सीधे होने साढ़े तो जो तुम इदा करो फिर साढ़े लिए मुश्किल हो जाता। अच्छा ये तो सरकार उपर आई की गल सी एक थले भी सरकार वसदी है बंदे वास्ते जी 30 साल तो बाद शुरू होंगी तो एंड तक नाल रही है कौन भला कौन बुझो कौन घर वाली। सो सरकार की गल कर लगे अजकल इंडिया के बाबे बड़े हो गए जी कोई जटा वाला बाबा कोई धूनी वाला बाबा कोई चिमटे वाला बाबा बहुत सारिया लेडीज बैठी हैं सामने साड़ी मां खुश होंगी सामने बैठी माता एक बार फिर पैरी पैना आशीर्वाद दे दे माए नूह की सस नाल ना बनती हो सस की नूह नाल ना बनती हो। चलो बाबे को बाबे भी अजकल बड़े शैतान है उन्होंने दो नारियल एक काला धागा ते जेड़े खान पीने वाले बाबे उन्होंने मुर्गा भी नाल ही दस देना भी जा लगे कल भी सहरिया बीबिया तो हजे बाबे की गला जी नी घरे सस नू लावे पकाउन रोटियां घरे सस नू लावे पकाउन रोटियां ते जाके डेरिया ते फुलके राड़ दिए सोहरा एक पग विच दो साल कटदा ते उत्थे नवीआं चादरां चाड़ दिए गुरु घर जा मत्था टेकिया कर बड़ी मसाणी जा मत्थे मार दिए हो गुरु मनण वाले नित नित जित दे ते तू नित बाजियां हार दिए जिस दिन तू प्रीत दा बुत छड़ना जिस दिन तू प्रीत दा बुत छड़ना ते गुहायो दे दर दा खुलना नी ओए माड़े काम नू किसे ने याद रखना ते चंगे काम नू किसे ने भुलना घरवाली सोचती है भी सवेरे सवेरे मैनू मतां देन लग गया रात ते रज के आ जांदा है रोज ओ डिमांड कर दिंदी है ते बंदा बहुत शैतान हुंदा क्योंकि दिमाग बहुत चलता है पतला पानी पी के कहिंदा की है ऐदा ही डिमांडा जे तू करदी रही तेरा मेरा इतलाक बिलो पंगा जट तैनू करदा है दिलों प्यार नहीं ते तू करदी है जट नाल धक्का पहला ही सरकारां दे नी चंबे होए आ ਚਾਟੀ ਅਸੀਂ ਸੂੜੀਆਂ ਤੇ ਟੰਗੇ ਹੋਇਆਂ ਫਸਲਾਂ ਦੇ ਪੈਸੇ ਪੂਰੇ ਮਿਲਦੇ ਨਹੀਂ ਤੇ ਸਾਡਾ ਮੰਡੀਆਂ ਜ਼ਰੂਰੇ ਦਾਣਾ ਫੁੱਲਾ ਐਦਾਂ ਹੀ ਡਿਮਾਂਡਾਂ ਜੇ ਤੂੰ ਕਰਦੀ ਰਹੀ ਤੇਰਾ ਮੇਰਾ ਇਤਲਾਕ ਬਿਲੋ ਵੋਟਾਂ ਪਾ ਕੇ ਹਰ ਵਾਰੀ ਅਸੀਂ ਚੁਣਦੇ ਬਿਲੋ ਸਰਕਾਰ ਨਕਮੀ ਤੇ ਕਿਸੇ ਆਮ ਜਿਹੇ ਬੰਦੂ ਤੂੰ ਆ ਲੈਣ ਦੇ ਹੁਣ ਗੱਲ ਨਹੀਂ ਹੋ ਰਹਿ ਗਈ ਵੀ ਬਲਮੀ ਜੇ ਸਪੋਰਟ ਕਰਨਾ ਹੁੰਦਾ ਨਾ ਤਾਂ ਫਿਰ ਖੁੱਲ ਕੇ ਸਪੋਰਟ ਕਰਿਆ ਕਰੋ ਹੱਥ ਗਰਮ ਰਹਿੰਦੇ ਤਾੜੀ ਤੂੜੀ ਮਾਰ ਦਿਆ ਕਰੋ ਹਾਂ ਮਿਹਰਬਾਨੀ ਥੈਂਕ ਯੂ ਵੈਰੀ ਮਚ ਆ ਜੀ ਤੇਰੇ ਸਾਰੇ ਸ਼ੌਂਕ ਤੈਨੂੰ ਪੰਗਲੇ ਬਣਾ ਦੂੰ ਅਜੇ ਯਾਰ ਤੇਰਾ ਮੈਂ ਰੁਜ਼ਗਾਰ ਗੋਰੀ ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ
बहुत बहुत मेहरबानी। जड़िया मातावां बेरोजगार है, मैं तेनू पहला ही दसिया सी। वो कहिंदे की दसिया सी? वो कहिंदे तेनू याद भुल गया जदों प्रपोज किया सी तेनू मैं, ते मैं तेनू कहा की सी? वो कहिंदे की? कहिंदे हुणे दसदा, आ जा वी, थोड़ी रिवर्ब दे दिओ प्लीज। कन्ना दे मोबाइल जा टिका के लंघती, अखियां नाल अखियां मिला के लंघती। ਪੱਲੇ ਨਹੀਂ ਪੈਂਦੀ ਬੋਲਦੀਆਂ ਕੀ ਨੇ ਮਰ ਜਾਣੀਆਂ, ਪਰ ਉੱਧਰ ਵਾਲੀਆਂ
ਜਦੋਂ ਮੈਨੂੰ ਅੰਗਰੇਜ਼ੀ ਬਾਣੀ ਨਾ ਆਵੇ ਫਿਰ ਹਿੰਦੀ 'ਚ ਸ਼ੁਰੂ ਹੋ ਜਾਂਦੀ ਪੜਦਾ ਜਿਹਾ ਪਾਉਣ ਵਾਸਤੇ ਨੀ ਪ੍ਰੀਤ ਨੂੰ ਤਾਂ ਚਾਹੀਦੀ ਕੋਈ ਪਿੰਡ ਦੀ ਕੁੜੀ ਜਿਹੜੀ ਸਾਰਾ ਹੋਵੇ ਕੰਮ ਕਾਰ ਕਰਦੀ ਰੱਜ ਰੱਜ ਹੋਣ ਜਿਹਨੂੰ ਸੰਗਾ ਸ਼ਰਮਾ ਅੱਖੀਆਂ ਦੀ ਕਹੂਰ ਤੋਂ ਵੀ ਹੋਵੇ ਕਰਦੀ ਹੋਰ ਕੋਈ ਨਾ ਸਾਡੀ ਜ਼ਿੰਦਗੀ ਕਿਤੇ
ਮੈਂ ਫੜਦੀ ਹੁੰਦੀ ਸੀ ਲਾਵ ਮਾਰਦੀ ਹੁੰਦੀ ਸੀ ਗੀਤ ਤੇਰੇ ਦਾਰੀ अच्छा सच सच दस्यो ठंड किनू किनू लग रही है इन्हां देशां च आए कल्ला खप कर खप खाना कर नहीं आए कुछ काम दी गल भी कर लईए पंजाब दे विच अजकल हालात जिहड़े ने बहुते वधिया ने हुण हालातों ते करना गल ए गाना जिहड़ा दर्शाउंदा हां जी ਰਿਸਪੈਕਟਡ ਟੀਮ ਉੱਪਰ ਸਾਹਿਬ ਉਚੇਚੇ ਤੌਰ ਤੇ ਸਾਡੇ ਇੱਥੇ ਪਹੁੰਚ ਚੁੱਕੇ ਨੇ ਜੀ ਜ਼ੋਰਦਾਰ ਤਾੜੀ ਸਾਰੇ ਜਾਣੇ ਉਹਨਾਂ ਦੇ ਨਾਂ ਤੇ ਮਾਰੋ ਆਪਣੇ ਕੀਮਤੀ ਵਕਤ ਚੋ ਵਕਤ ਕਾੜੀ ਪਹੁੰਚੇ ਨੇ ਜੀ ਜੀ ਅੱਛਾ ਗੱਲਾਂ ਥੋੜੀਆਂ ਪੁਰਾਣੀਆਂ ਨੇ ਮੈਂ ਕੋਸ਼ਿਸ਼ ਕਰਦਾ ਥੋੜੀ ਨਜ਼ਰ ਕਰਦੀ ਸਾਹਮਣੇ ਸਾਡੇ ਬਾਪੂ ਜੀ ਬੈਠੇ ਆ ਪਏ ਤੇ ਗੱਲੀਆਂ ਪਤਾ ਨਹੀਂ ਹੁਣ ਗੱਲਾਂ ਕਿਹੜੀਆਂ ਕਰਦੇ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਪੈਰੀ ਪਈਆਂ ਪਿੱਛੇ ਦੇਖੋ ਖਾਣ ਨੂੰ ਹਾਣ ਪਿਆਰਾ ਬਾਪੂ ਜੀ ਪਹਿਲਾਂ ਪਹਿਲਾਂ ਪਿੰਡਾਂ 'ਚ ਮੁੰਡੇ ਜਵਾਨ ਹੋਇਆ ਕਰਦੇ ਸੀ ਨੇੜੇ ਤੇੜੇ ਪਿੰਡਾਂ 'ਚ ਗੱਲ ਛਿੜਦੀ ਸੀ ਫਲਾਣੇ ਦਾ ਮੁੰਡਾ ਜਵਾਨ ਹੋਇਆ ਉੱਚਾ ਲੰਮਾ ਕੱਦ ਚੌੜੀ ਛਾਤੀ ਐਡੇ ਐਡੇ ਟਾਲੇ ਮੁੰਡਾ ਕਬੱਡੀ ਖੇਡਣ ਦਾ ਸ਼ੌਕੀਨ ਆ ਮੁੰਡੇ ਅੱਜ ਕੱਲ੍ਹ ਵੀ ਜਵਾਨ ਹੁੰਦੇ ਪਰ ਗੱਲ ਕਿਤੇ ਨਹੀਂ ਛਿੜਦੀ ਕਿਉਂਕਿ ਇੰਨੇ ਇੰਨੇ ਮੁੰਡਿਆਂ ਦੇ ਲੱਕ ਇੰਨੀਆਂ ਇੰਨੀਆਂ ਛਾਤੀਆਂ ਇੰਨੀਆਂ ਇੰਨੀਆਂ ਡੌਲੀਆਂ ਕਦੇ ਕਦੇ ਮੁੰਡਾ ਭਾਵੁਕ ਹੋ ਜਾਂਦਾ ਕਹਿੰਦਾ ਅੱਜ ਮੈਂ ਡੌਲੇ ਦੇ ਉੱਤੇ ਸ਼ੇਰ ਵਹਾ ਕੇ ਆਉਂ ਅਗਲਾ ਘੁੱਗੀ ਵਾ ਕੇ ਤੋਰ ਦਿੰਦਾ ਕਹਿੰਦਾ ਜਿੱਥੇ ਸ਼ੇਰ ਦਾ ਮੂੰਹ ਨਹੀਂ ਆਉਣਾ ਭਰਾਵਾ ਮੈਂ ਦੱਸ ਕੀ ਕਰਾਂ ਘੁੱਗੀ ਚੰਗੀ ਠੁੰਗੇ ਮਾਰਦੀ ਨੂੰ ਕਦੇ ਕਦੇ ਡੰਬਲ ਡੁੰਬਲ ਚੱਕ ਲਿਆ ਕਰੇਗਾ ਫਿਰ ਜੇ ਨੌਜਵਾਨਾਂ ਲਈ ਬੜੀਆਂ ਖੁੱਲੀਆਂ ਅਤੇ ਖੂਬਸੂਰਤ ਥੋੜੀਆਂ ਪੁਰਾਣੀਆਂ ਗੱਲਾਂ ਨੇ ਕਈਆਂ ਨੇ ਸੁਣੀਆਂ ਵੀ ਹੋਣਗੀਆਂ ਇੱਧਰਲੇ ਪਾਸੇ ਖੜੇ ਜਿਹੜੇ ਗੱਭਰੂ ਮੇਰੇ ਨੌਜਵਾਨ ਮੇਰੇ ਵੀਰ ਮੈਨੂੰ ਬੜਾ ਮਾਣ ਮਹਿਸੂਸ ਹੋ ਜੇ ਤੁਸੀਂ ਸਾਹਮਣੇ ਆ ਕੇ ਬਹਿਜੇ ਮੈਨੂੰ ਬੜਾ ਚੰਗਾ ਲੱਗੇ ਜੇ ਮੈਨੂੰ ਇੱਧਰ ਆਇਆ ਕਰਕੇ ਘੁੰਮਣਾ ਪੈਂਦਾ ਆ ਜਾਓ ਮੇਰਾ ਵੀਰ ਪਲੀਜ਼ ਇੱਧਰੋਂ ਬੋਤਲ ਨੇੜੇ ਪੈਂਦੀ ਆ ਬੋਤਲ ਨੇੜੇ ਪੈਂਦੀ ਆ ਹੈ ਮਜਬੂਰੀ ਹੈ ਨਾ ਭਾਈ ਹੋ ਜਿਸ ਬੰਦੇ ਨੇ ਪੀਣੀਆਂ ਸਿਗਰਟਾਂ ਨਿੱਤ ਤੰਬਾਕੂ ਖਾਣਾ ਸੌ ਕਮਾਉਣਾ ਸਾਰੇ ਦਿਨ ਵਿੱਚ ਸ਼ਾਮ ਨੂੰ ਠੇਕੇ ਜਾਣਾ ਹੋ ਬੱਕਰੀਆਂ ਦਾ ਪੀਣਾ ਦੁੱਧ ਕੀ ਕਿਸੇ ਨੂੰ ਜਫਾ ਲਾਣਾ ਉਹਨੇ ਕੀ ਕਿਸੇ ਗੱਭਰੂ ਕੋਲੋਂ ਫੜਿਆ ਗੁੱਟ ਛੁਡਾਣਾ ਬੇਲੀਓ ਫੜਿਆ ਗੁੱਟ ਛੁਡਾਣਾ ਜਿਹੜਾ ਗੱਭਰੂ ਕਰੇ ਸ਼ੁਕੀਨੀ ਜੱਜ ਵਾਲਾ ਨੂੰ ਲਾਵੇ ਕੁੜੀਆਂ ਪਿੱਛੇ ਕਿਹੜੀਆਂ ਮਾਰੇ ਨਿੱਤ ਸ਼ਹਿਰ ਨੂੰ ਜਾਵੇ ਕਿਸੇ ਦੁਕਾਨੇ ਬਹਿ ਮਸ਼ੂਕ ਨਾ ਟਿੱਕੀਆਂ ਛੋਲੇ ਖਾਵੇ ਪਿਓ ਦਾਦੇ ਦੀ ਕਰੀ ਕਮਾਈ ਬੁੱਕਾਂ ਨਾਲ ਲੁਟਾਵੇ ਹੋਈ ਉਹਨੇ ਕੀ ਭਲਵਾਨੀ ਕਰਨੀ ਕੀ ਕਿਸੇ ਨੂੰ ਧਾਵਾ ਉਹਨੇ ਕੀ ਕਿਸੇ ਗੱਭਰੂ ਕੋਲੋਂ ਫੜਿਆ ਗੁੱਟ ਛੁਡਾਣਾ ਬੇਲੀਓ ਫੜਿਆ ਗੁੱਟ ਛੁਡਾਣਾ ਹੋ ਦੇਖੀ ਨੀ ਜਿਸ ਜੱਟ ਦੇ ਪੁੱਤ ਨੇ ਕਹੀ ਕਦੇ ਵੀ ਫੜ ਕੇ ਫੋਨ ਫੋਨ ਤੇ ਮਾਰੇ ਗੱਲਾਂ ਪਿਛਲੇ ਅੰਦਰ ਵੜ ਕੇ ਫੇਸਬੁੱਕ ਤੇ ਚੈਟਿੰਗ ਕਰਦਾ ਨਿੱਤ ਚੁਬਾਰੇ ਚੜ ਕੇ ਉੱਠਦਾ ਜਿਹੜਾ ਨਿੱਤ ਦੁਪਹਿਰੇ ਫੇਰ ਵੀ ਨੀਂਦਰ ਰੜ ਕੇ ਹੋਕੀ ਵੱਢਣੀ ਉਹਨੇ ਕਣਕ ਤੇ ਕੀ ਝੋਨੇ ਨੂੰ ਪਾਣੀ ਲਾਣਾ ਉਹਨੇ ਕੀ ਕਿਸੇ ਗੱਭਰੂ ਕੋਲੋਂ ਫੜਿਆ ਗੁੱਟ ਛੁਡਾਣਾ ਮੇਲੀਓ ਫੜਿਆ ਗੁੱਟ ਛੁਡਾਣਾ ਮਾਤਾ ਜੀ ਹੁਣ ਕੋਈ ਕੁਰਸੀ ਲੈ ਕੇ ਉੱਥੇ ਤੱਕ ਯਾਰ ਪਹੁੰਚਾ ਦਿਓ ਮੇਰਾ ਵੀ ਪਲੀਜ਼ ਮਾਤਾ ਤੁਸੀਂ ਆਪ ਕਿਉਂ ਖੇਚਲ ਕੀਤੀ ਇੰਨੇ ਤੁਹਾਡੇ ਬੱਚੇ ਇੱਥੇ ਹੈ ਠੀਕ ਹੈ ਮਾਤਾ ਕਹਿੰਦੀ ਹਲੇ ਮੈਂ ਕਹਿ ਰਿਹਾ ਤੇ ਮਾਤਾ ਦੇ ਤੇ ਮੈਂ ਦੋਨਾਂ ਨੇ ਭੰਗੜਾ ਪਾਉਣਾ ਐਂਡ ਦੇ ਵਿੱਚ ਮਾਤਾ ਨੂੰ ਜਾਣ ਨਹੀਂ ਦੇਣਾ ਹੁਣ ਮਾਤਾ ਜੀ ਇੱਥੇ ਨੇੜੇ ਕੁਰਸੀ ਡਾਲੋ ਹਾਂਜੀ ਮੈਂ ਮਾੜੇ ਦਿਨ ਵੀ ਦੇਖੇ ਨੇ ਹੁਣ ਮਸਾਏ ਮੀਰੀ ਆਈ ਏ ਮੈਨੂੰ ਕਿਉਂ ਕਰਦਾ ਤੂੰ ਮੁਸ਼ਕਰੀਆਂ ਜੇ ਮੈਂ ਕਾਲੀ ਐਨਕ ਲਾਈ ਏ ਨਾਲ ਕੋਟ ਪੈਂਟ ਤੇ ਟਾਈ ਏ ਹੋਏ ਮੈਂ ਅੰਗਰੇਜ਼ ਦਾ ਪੁੱਤ ਨਹੀਂ ਮੈਨੂੰ ਅੰਗਰੇਜ਼ੀ ਪਾਉਂਦੀ ਨਹੀਂ ਉਹ ਮੈਨੂੰ ਮਾਣ ਹੈ ਇਸ ਪੰਜਾਬੀ ਤੇ ਜਿਹੜੀ ਅੰਗਰੇਜ਼ਾਂ ਨੂੰ ਵੀ ਆਉਂਦੀ ਮੈਂ ਪੇਂਡੂ ਜੱਟ ਦਾ ਪੁੱਤਰ ਹਾਂਗਲ ਕਰਦਾ ਹੱਲ ਪੰਜਾਲੀ ਦੀ ਹੱਥਾਂ ਵਾਲੇ ਟੋਕੇ ਦੇ ਨਾਲ ਪੁੱਤਰੀ ਪੰਡ ਪਰਾਈ ਦੀ ਮੈਂ ਝੂਟੇ ਲੈ ਸੁਹਾਕੇ ਮੈਂ ਝੂਟੇ ਲਏ ਸੁਹਾਗੇ ਤੇ ਮੈਨੂੰ ਐ ਕੀ ਜ਼ਿੰਦਗੀ ਹਾਲੀ ਦੀ ਪਰ ਅੱਜ ਕੱਲ ਹੈਲੋ ਹਾਏ ਕਹਿ ਕੇ ਝੱਟ ਗੋਰੀ ਉਲਝਾ ਲਈ ਦੀ ਤੇ ਪਿੱਛੇ ਲਾ ਲਈ ਮੇਰਾ ਬਰਗਰ ਖਾਧਿਆਂ ਢਿੱਡ ਦੁੱਖਦਾ ਕਿਤੇ ਫਾਸਟ ਫੂਡ ਨਹੀਂ ਜਾਈਦਾ
मुर्गे दी धौण मरोड़ लिए कदे कां दा मास नहीं खाईदा। मैं बचन सिंह दा पुत्र हां नहीं पुत्र किसे कसाई दा। ना मैं पीवा घड़े शराबा ना मैं लावा सूटा ना मैं खाती फीम कदे ना रगड़िया फंगदा। हाँ कई पिछे मित्र हसते निम्मा निम्मा सोचते होने भी प्रीत हरपाल एवं नहीं नची जाता इतों इन्हें कर लिया होना जगाड़ एड्डी खा के आया होना एवं थोड़ी कितने गल उतरती है। पर इदा की गल कोई नहीं भराओ बाबे नानक दी सब लगे शक ना करो मेरे से कोई यहाँ सो होर गल खुलिया बहुत ने सुनावा होर के बोर तो नहीं होंगे। हाँ जी होर सुना दे ताड़ी तुड़ी मार दिया करो भाई फिर पता लगता भी हाँ थोड़ा ध्यान मिल जाए। सारा दिन बत्ती आउंदी नी झोने नूं पानी किंज लाईए पक्कियां कणकां ते गड़े पै जाण तां की वड्डीए उहदा की खाईए। ओ किसे दे घर विच पखा नहीं कईआं दा एसी नित चले कोई होटल विच नित डिनर करे कईआं दे चुल्हे ना अग बले। माड़ा चंगा वक्त वेख के मंजला पा लईए ओए मैं कीता मैं माड़ा किसे नू कहिए ना ते माड़ा सुनिए ना ओए चंगा यार गवाइए ना ते माड़ा चुनिए ना ओए चंगा यार गवाइए ना ते माड़ा चुनिए। बढ़िया खूबसूरत पगड़ा वाले इधर साडे अंकल ने सत श्री अकाल जी केसरी रंग जच रहा गोरे चिट्टे मुख दे उपर जेडे रोडे मोडे आ मेरे वर्गे मर जा ध्यान इधरले पासे मेरा वीर गुस्सा किसे ने नहीं करना बस उन्होंने घर दे ही रह गए इत्थे। मैं सिर दे वाल कटा ले ने वाला नू कुंडल पवा ले ने मैं सिर दे वाल कटा ले ने वाला नू कुंडल पवा ले ने कन्ना विच मुंदरा पा लईयां पर वट्टे भी बनवा ले ने। अजे भी मैं ना शुकरा नहीं अजे भी मैं ना शुकरा नहीं मैं गुरु द्वारे जांदा नहीं बाणी नू हद कदे लांदा नहीं कोई चज दा कम कमांदा नहीं कोई गुरकिया नहीं मैं यार नहीं मैनू वड्डियां दा सतकार नहीं मैनू छोटियां दे नाल प्यार नहीं। अजे भी मैं ना शुकरा नहीं अजे भी मैं ना शुकरा नहीं मैं नित तमाकू ला लैना मैं नित तमाकू ला लैना सुनफे दा कश बना लैना मेरा तन गंदा मेरा मन मेरा मैं नित ही कर गुना लैना। अजे भी मैं ना शुकरा नहीं अजे भी मैं ना शुकरा नहीं। अगली हाँ अगली गल सुनने वाली है मैं चिट्टी दाड़ी रंग लैना मैं चिट्टी दाड़ी रंग लैना ते कदे कदे भी भंग लैना नाले वेख कुवारी खंग लैना। अजे भी मैं ना शुकरा नहीं अजे भी मैं ना शुकरा नहीं। पिछे जहे पंजाब दे विच बड़ी अणसुखावी घटना जिहड़ी देख के मन वलूंदरिया जांदा है दिल वलूंदरिया जांदा है वह घटना मैं कुछ लफ्जां दे विच बयान कीती है उम्मीद करदा तुहानूं पसंद आउणगी है गल्लां। आ जी पानी नूं लगणे अगां जद संगतां दियां उतरन पगां जद होए वोटां पा सरकार चुनी जद मूहरे डांगा लै के खड़ जावे ते समझो अंत आ गया दुनिया दा वे अंत आ गया दुनिया दा। जिस देश च बंदिया तों ज्यादा वे गावां दा सतकार होवे गावां लई बंदे वड्डे जान ते चारे पासे हाहाकार होवे धर्मां दी छिड़ी लड़ाई विच कोई तीजा ही कम कर जावे ते समझो अंत आ गया दुनिया दा वे अंत
वक्त आ गया दुनिया दा प्रीत ज़दा सच बोल गया कि तो हक विच गोली वजूगी पर ओ जानो ए जिंदगी ए किसे खेले खेता लगूगी सही दिया गल्ला कदे कदे सानू कर लेनी चाहिदी है हुण बहुत सारिया मातावां भैणां वीरे बजुर्ग सारे सामने हाँ जी किए जी अच्छा लो भंगड़ा पाना मुंडिया ने ठीक है लो मैं भंगड़ा पा सारे पावे पहला हम परिवार आए नहीं उन्होंने मुड़ जाता है आप इतने ही हैं सारे जन मेरे भी आ जी सो ब्लैक सूट से लगे ने रात गोरिए पाया सूट पटियाला शाही वो फरमाइश आई है पहला आ जी अच्छा जिन्होंने चंगा लग रहा है अरे वीडियो बनानी है नाल नाल ताड़ी जरूर मार दे यार मेरा जी नाल नाल बंदे भावे थोड़े हो फेसबुक से बता चढ़ा के दसने होंगे हम आप सोचते कि मुंडा साडा फाटा पड़ेगा Yeah.
अच्छा वीरी मैं गाँदा गाँदा इमोशनल हो जाता हूं जब मैं रोना शुरू कर दवा तो फिर मैं अगला गाना नाल ही शुरू कर दूं ठीक है दूर किते अंबरां ते बदली छा जांदी सी माए हुण छत चों वी ना सोच के तू घबरा जांदी सी माए जेठ हाड़ दिया तूफान विच बह रोटियां लौंदी सी पर फिर भी किन्ने चंगे दिन सी मां तू जद जोंदी Fuck you,